ਜਾਂ ਦਵੀਆਂ ਦੇ ਵਿਹੜੇ ਇਹ ਹਿੱਲੂਗਾ ਟੇਬਲ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਇਧਰਲੇ ਪਾਸੇ ਆਇਆ ਉਰੇ ਮੇਰੇ ਪੰਜਾਬੀ ਵੀਰੋ ਸਟੇਜ ਵਾਲੀ ਸਾਈਡ ਹੈ ਇਹ ਟੈਣੇ ਵਾਲਾ ਜ਼ਿਲ੍ਹਾ ਮਾਨਸਾ ਸਰਦੂਲਗੜ੍ਹ ਇਲਾਕੇ ਦੀ ਟੀਮ ਹੈ ਮੀਰਪੁਰ ਲਾਲੇ ਵਾਲੀ ਦਸੌਂਦੀਆਂ ਚੂੜੀਆਂ ਔਰ ਚੈਣੇ ਵਾਲੇ ਦੇ ਬੜੇ ਪ੍ਰਸਿੱਧ ਪਿੰਡ ਹੈ ਉਸ ਇਲਾਕੇ ਦੇ ਔਰ ਚੈਣੇ ਵਾਲੀ ਇਹ ਮੁੰਡੇ ਖੇਡ ਰਹੇ ਹੈ ਸੈਂਟਰ ਦੇ ਵਿੱਚ ਕਹਿੰਦੇ ਢਾਬਾ ਵਾਲਾ ਖੇਡ ਰਿਹਾ ਹੈ ਸਾਲ ਸਭ ਤੋਂ ਵੱਧ ਬੈਸਟ ਰਹਿਣ ਦਾ ਮਾਣ ਹੈ ਢਾਬਾ ਵਾਲੇ ਸਿਰੂ ਨੂੰ ਬਹੁਤ ਸੋਹਣੀ ਟੀਮ ਚੈਣੇ ਵਾਲੀ ਆ ਪਰਮ ਹੈ ਸੁਖਦੀਪ ਹੈ ਤੇ ਨਾਲ ਕਹਿੰਦੇ ਸੋਧੂ ਮਾਜਰਾ ਖੇਡ ਰਿਹਾ ਹੈ ਸੋਟੂ ਨਾਮ ਹੈ ਮਾਜਰਾ ਪਿੰਡ ਹੈ ਮੁੰਡੇ ਦਾ ਯੂਪੀ ਦੇ ਵਿੱਚ ਬਹੁਤ ਵਧੀਆ ਟੀਮ ਸਿਰੇ ਦੀ ਟੱਕਰਾ ਬਾਬਾ ਚੈਣੇ ਵਾਲੀਆ ਵਿਕਾਸ ਖੇਡ ਰਿਹਾ ਹੈ ਪੰਜਾਬੀ ਦੀ ਧਰਤੀ ਦਾ ਬੰਟੀ ਦਾ ਪਿੰਡ ਹੈ ਦੁਨੀਆਂ ਦੇ ਕਹਿੰਦੇ ਵੱਡੇ ਵੱਡੇ ਖਿਡਾਰੀ ਖੇਡ ਰਹੇ ਹੈ ਵੱਡਾ ਮੈਚ ਹੈ ਚੱਲ ਪਿਆ ਮੈਚ ਜਦੋਂ ਅੜ ਗਈਆਂ ਗੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਇਹੋ ਕਰਦੇ ਕਿ ਟੀਮਾਂ ਦੋਨੋਂ ਚੰਗੀਆਂ ਹੈ ਦੋਨੋਂ ਟੀਮਾਂ ਬੜੀਆਂ ਟੌਪ ਦੀਆਂ ਟੀਮਾਂ ਹੈ ਸਿਰੇ ਦੀ ਟੱਕਰ ਖੇਡ ਮੈਦਾਨ ਦੇ ਵਿੱਚ ਮਾਸਟਰੀ ਕਰਾ ਦਈਏ ਮੈਚ ਜਲਦੀ ਕੇਵਲ ਮਾਸਟਰੀ ਸਾਡੇ ਦੋਨੋਂ ਟੀਮਾਂ ਆ ਗਈਆਂ ਤੇ ਮੈਚ ਚਲਾ ਦਈਏ ਆਪਾਂ ਜਲਦੀ ਦੇ ਨਾਲ ਬੜੀ ਮਿਹਰਬਾਨੀ ਹੋਵੇਗੀ ਲਓ ਮੈਚ ਕਹਿੰਦੇ ਦੋਵੇਂ ਵਿੱਚ ਦਰਸ਼ਕ ਵੀਰੋ ਕਹਿੰਦੇ ਖੜਕ ਗਏ ਮੇਰੇ ਵੀਰੋ ਆਇਆ ਹੋਇਆ ਢਾਬਾ ਵਾਲਾ ਕਹਿੰਦੇ ਸੰਦੀਪ ਬਾਗੜੀ ਦੇ ਨਾਲ ਅੱਜ ਕਹਿੰਦੇ ਯਾਰੀਆਂ ਭਜਾਉਣ ਦੇ ਲਈ ਟੀਮਾਂ ਕਹਿੰਦੇ ਦੋਵੇਂ ਬੱਠੀਆਂ ਬਣੀਆਂ ਹੋਈਆਂ ਨੇ ਮਹਿੰਗੇ ਮੁੜਦੇ ਕਹਿੰਦੇ ਖਰਾਰੀ ਪੁੱਟੇ ਹੋਇਆ ਦੋ ਨੰਬਰ ਗਰਾਊਂਡ ਵਿੱਚ ਖੜਕਾ ਦੜਕਾ ਪੂਰਾ ਹੋਇਆ ਹੋਇਆ ਹੈ ਮੁੰਡੇ ਲੁੱਟ ਲੁੱਟ ਕੇ ਬਾਲਾਂ ਮਾਰ ਰਹੇ ਆ ਤੇ ਚਰਚੇ ਹੁੰਦੇ ਆ ਸੰਦੀਪ ਬਾਗੜੀ ਵੱਲੋਂ ਵੱਡੇ ਮਾਣ ਕਰਾ ਰਹੇਗੇ ਗਰਾਊਂਡ ਦੇ ਵਿੱਚ ਪ੍ਰਭਾਵ ਸੋਹਣੇ ਵੀਰਾ ਟੱਪਾ ਹਾਂ ਚੜ੍ਹਦੇ ਆ ਉਧਰ ਜੇ ਸ਼ੇਰੂ ਢਾਬਾ ਵਾਲਾ ਸ਼ਰੇਸ਼ ਤੇ ਬਾਲ ਮਾਰ ਕੇ ਐਨ ਕਹਿੰਦੇ ਐਕਸ਼ਨ ਕਰਦਾ ਤੇ ਰੁਪਈਆ 500 ਦੇ ਦੇਣਗੇ ਪ੍ਰਬੰਧਕ ਕਮੇਟੀ ਵਾਲੇ ਵੀਰ ਬੈਠੇ ਆ ਤੇ ਚੜ੍ਹਦੇ ਆ ਮੁੰਡੇ ਕਹਿੰਦੇ ਬਾਗੜੀਆਂ ਦੇ ਖੱਲਾ ਕਹਿੰਦੇ ਟਿਕਾਣੇ ਲਾਉਂਦੇ ਨੋਟ ਖੁੱਲੇ ਦੇ ਲੜਵਾਏ ਆ ਮੁੰਡਿਆਂ ਨੇ ਕਿ ਮਰੂ ਮਰੂ ਕਰਕੇ ਨੀ ਟਾਈਮ ਲੰਘਦੇ ਖੱਲਾ ਕਹਿੰਦੇ ਟਿਕਾਣੇ ਆ ਢਾਬ ਵਾਲਿਆ ਚਾਰੋ ਯੂਪੀ ਵਾਲਿਆ ਕੋਈ ਐਕਸ਼ਨ ਹੋ ਜਾਂਦਾ ਸੁਰੇਸ਼ ਰਾਮ ਕੋਟੀਆ ਕੱਲੇ ਬਾਲ ਨੀ ਵਧਾਏ ਜਾਂਦੇ ਮੇਰੀਏ ਮੈਂ ਬੰਦੇ ਵੀ ਵਧਾਏ ਬੜੇ ਆ ਕੱਲੇ ਬਾਲ ਨੀ ਵਧਾਏ ਜਾਂਦੇ ਮੇਰੀਏ ਬੰਦੇ ਵੀ ਵਧਾਏ ਬੜੇ ਆ ਗੱਲਾਂ ਕਹਿੰਦੇ ਟਿਕਾਣੇ ਆ ਦੋ ਨੰਬਰ ਦੇ ਵਿੱਚ ਆਓ ਦੁਨੀਆਂ ਕਹਿੰਦੇ ਢਕੋ ਟਕੀ ਜੁੜ ਗਈ ਆ ਇੱਕ ਬੰਦੇ ਕਹਿੰਦੇ ਟੀਮ ਚੈਨੇ ਵਾਲ ਵੀ ਆ ਕਹਿੰਦੇ ਸਟੇਜ ਵਾਲੇ ਪਾਸੇ ਤੇ ਕਹਿੰਦਾ ਕਹਿੰਦੇ ਟਿਕਾਣੇ ਢਾਬਾ ਵਾਲਾ ਲਾਵੇਗਾ ਪਰਮ ਰੋਟੀ ਕਰ ਗਿਆ ਰੋਟੀ ਮੈਨ ਦਲ ਵੀ ਨੰਬਰ ਦੇ ਲੰਗਰ ਜੇ ਹੋ ਗਿਆ ਤੇ ਹੋ ਜਾ ਗਿਆ ਮੈਨੂੰ ਮੈਨ ਹੁਣ ਮਾਨਸਾ ਦੀ ਟੀਮਾਂ ਬਾਈ ਜੀ ਇਹ ਟੀਮਾਂ ਜਿਹੜੀ ਖੇਡ ਰਹੀ ਆ ਇਹ ਚੈਨੇ ਵਾਲੇ ਪਿੰਡ ਮੈਂਡੀ ਸ਼ਰਮਾ ਟੀਮ ਨੂੰ ਸਪੋਂਸਰ ਕਰਦਾ ਡੀਸੀ ਗੋਦਿਕਾ ਲੰਬੜਾ ਕਹਿੰਦੇ
ਨੰਬਰ ਧਾਲ ਵਾਲਾ ਭਾਈ ਜੀ 3 ਨੰਬਰ ਨੋਟ ਕਰ ਦੇ ਡੀਸੀ ਗੋਦਿਕਾ ਨੰਬਰ ਦਾ ਡੀਸੀ ਗੋਦਿਕਾ ਤੇਜਿੰਦਰ ਤੇਜਿੰਦਰ ਮੈਂ ਵੀ ਉਪਰ ਗੋਦਿਕਾ ਵਾਲਾ ਕਹਿੰਦੇ ਡੀਸੀ ਵੀ ਲਾਈ ਜੁੜ ਗਿਆ ਕਰਦੇ ਵੱਡੇ ਆ ਪਹਿਲੀ ਅਦੇ ਲੈ ਕੇ ਹੁਣ ਤੱਕ ਪੰਜ ਦੇ ਇਸੇ ਵੀ ਤੁਰਿਆ ਆਉਂਦਾ ਗੋਦਿਕਾ ਵਾਲਾ ਕਹਿੰਦੇ ਜੁੜਿਆ ਵਾਲਾ ਮੈਂ ਵੀ ਗੱਲਾਂ ਕਹਿੰਦੇ ਹੋਰ ਗਿਆ ਜਿਹੜਾ ਮੁੰਡਾ ਸਿਰ ਉਰੇ ਖੱਬੇ ਹੱਥ ਖੇਰ ਮੈਂ ਤੇਜਿੰਦਰ ਸੱਜੇ ਤੇ ਸੁਖਦੀਪ ਹੈ ਤੇ ਤੇਜਿੰਦਰ ਦੇ ਪਿੱਛੇ ਜਿਹੜਾ ਖੇਡਦੇ ਮਾਜਲਾ ਛੱਪੂ ਹੈ ਤੇ ਜਿਹੜਾ ਇੱਧਰ ਖੇਡਦਾ ਇੱਕ ਮੋਟਾ ਜਿਹਾ ਬਾਬਾ ਹੈ ਚੈਨੇ ਵਾਲੀ ਹੈ ਤੇ ਦੂਜੇ ਪਾਸੇ ਮੁਰਦੇ ਮੈਨੂੰ ਲੱਗਦਾ ਵੀ ਮੁੰਡਾ ਅੱਜ ਰਮ ਨਹੀਂ ਹੈ ਕੋਈ ਹੋਰ ਖਿਡਾਰੀ ਖੇਡਦਾ ਤੇ ਸੈਂਟਰੇ ਵਿੱਚ ਕਹਿੰਦੇ ਸੁਰੇਸ਼ ਹੈ ਨਾਲ ਕਹਿੰਦੇ ਕਰਨੀ ਦੇ ਪਿੱਛੇ ਵਿਕਾਸ ਖੇਡਦਾ ਤੇ ਮੂਹਰੇ ਪਾਸੇ ਕਹਿੰਦੇ ਕਾਲੀ ਟੀ ਸ਼ਰਟ ਦੇ ਵਿੱਚ ਇਹ ਪੰਜਾਬ ਵਾਲਾ ਕਹਿੰਦੇ ਸੁਧੀਰ ਹੈ ਲੈ ਵੀ ਤਰਕੀ ਦੇ ਜਿਹੜਾ ਮੁੰਡਾ ਢਾਬਾ ਵਾਲਾ ਖੇਡਦਾ ਇਹਨੇ 3 ਮੋਟਰਸਾਈਕਲ ਦਿੱਤੇ ਆ ਪਹਿਲਾ ਮੋਟਰਸਾਈਕਲ ਜਿੱਤੇ ਮੁੰਡਾ ਕਿਰਪਾਲ ਸਿੰਘ ਦੇ ਟੂਰਨਾਮੈਂਟ ਤੋਂ ਦੂਜਾ ਮੋਟਰਸਾਈਕਲ ਖੁਦ ਦੇ ਟੂਰਨਾਮੈਂਟ ਤੋਂ ਜਿੱਤਿਆ ਤੇ ਤੀਜਾ ਨੇ ਖੁਦ ਟਰੈਕਟਰ ਜਿੱਤਿਆ ਸਾਰੋ ਦੇ ਟੂਰਨਾਮੈਂਟ ਤੋਂ ਤੇ ਚੌਥਾ ਨੇ ਮੋਟਰਸਾਈਕਲ ਜਿੱਤਿਆ ਹੋਇਆ ਉਹ ਕਹਿੰਦੇ ਭੈਣੀ ਮਹਾਰਾਜ ਦੇ ਟੂਰਨਾਮੈਂਟ ਤੋਂ ਜਿੱਤਿਆ ਤੇ ਜਿਹੜਾ ਮਾਜਰਾ ਛੱਪੂ ਆ ਇਹ ਵੀ ਕਿਰਪਾਲ ਸਿੰਘ ਦੇ ਟੂਰਨਾਮੈਂਟ ਦਾ ਮੋਟਰਸਾਈਕਲ ਜਿੱਤ ਵਾਲੇ ਵੀ ਦੇਣੇ ਨੇ ਕਰਦੇ ਗੱਲ ਵਾਕਈ ਮੋਟਰਸਾਈਕਲਾਂ ਦੇ ਜੇਤੂ ਕਹਿੰਦੇ ਫੋਰਾਂ ਦੇ ਜੇਤੂ ਆਏ ਹੋਏ ਹੈ ਜੱਟ ਦਾ ਪੁੱਤ ਬੜਾ ਕਮਾਊ ਨੀ ਹੁਣ ਤੇਰੇ ਪੇਕਿਆਂ ਨੂੰ ਹੋਰ ਸੋਕਦਾ ਜਾਊ ਹੁਣ ਤੇਰੇ ਪੇਕਿਆਂ ਨੂੰ ਅੱਜ ਕਹਿੰਦੇ ਫੋਰਾਂ ਦੇ ਜੇਤੂ ਭੈੜੀ ਕਲਾਂ ਦੇ ਵਿੱਚ ਆਏ ਹੈ ਰਾਜਪੂਤੀ ਦਾ ਇਲਾਕਾ ਹੈ ਗੱਲ ਦਲੇਲ ਕਰਦੀ ਗੱਲ ਹੱਥਾਂ ਦੀ ਹੋਈ ਗੱਲ ਨੌਜਵਾਨ ਪੈਦਾ ਹੋਈਆਂ ਇਹ ਬੱਬਰ ਸੇਰਾ ਦਾ ਇਲਾਕਾ ਹੈ ਇਹ ਇਲਾਕਾ ਜੀ ਨੇ ਜਿੱਤ ਲਿਆ ਉਹਨੇ ਬਾਲੀਵਾਲ ਜਿੱਤ ਲਈ ਸਾਹਮਣੇ ਪਰ ਚਿਹਰੇ ਵਾਲੀਆਂ ਗਲਤੀ ਕਰਦੀਆਂ ਆਲਖ ਯਾਰ ਨੇ ਕਹਿੰਦੇ ਲਾਈਨਾਂ ਲਿਖੀਆਂ ਨੇ ਤੇ ਗੱਲਾਂ ਕਹਿੰਦੇ ਹੁੰਦੀਆਂ ਨੇ ਵੀ ਗੇਮ ਪੁਆਇੰਟ ਤੋਂ ਹਾਰਿਆ ਨਾ ਕਰੇ ਤੇ ਸ਼ੇਰੂ ਨੇ ਹਰਾਏ ਬਹੁਤ ਨੇ ਰੌਲਾ ਪਾਇਆ ਵੀ ਕਿਸੇ ਰੌਲੇ ਤੇ ਪਿੰਡਾਂ ਦੇ ਚਰਚੇ ਕਰਾਏ ਬਹੁਤ ਨੇ ਆਲਖ ਵੀ ਫੈਨ ਹੋ ਗਿਆ ਸੀ ਖੌਫ ਵੀ ਖੇਡਦਾ ਆਕਸੀ ਕਢਾਲ ਦੇ ਕੱਪਦੇ ਉਹ ਕਹਿੰਦੇ ਧਾਣੀ ਵਾਲਿਆਂ ਨੇ ਹਨੇਰੀ ਵਾਂਗੂ ਵਾਰਤੇ ਸੀ ਨੋਟ ਢਾਬਾ ਵਾਲੇ ਉਧਰੇ ਸੱਪ ਤੇ ਨੰਬਰ 3 ਦਿੱਤੇ ਸੀ ਪਰੂ ਵਾਲੀ ਨੂੰ ਚਾਰ ਜਾਣਿਆਂ ਨਾਲ ਖੇਡ ਕੇ ਤੇ ਪਹਿਲਾਂ ਖੇਡੇ ਸ਼ਾਂਤ ਅੱਗ ਕਰਦਾ ਫੇਰ ਕੋਈ ਅੱਗੋਂ ਚਲੋ ਛੇੜ ਕੇ ਉਹ ਪਹਿਲਾਂ ਖੇਡਦਾ ਸ਼ਾਂਤ ਵੀ ਅੱਗੋਂ ਕਰਦਾ ਅੱਗ ਤੇ ਜਦੋਂ ਕੋਈ ਦੇਖੇ ਨੂੰ ਛੇੜ ਕੇ ਤੇ ਮੇਰੇ ਮਿੱਤਰੋ ਅੱਖਾਂ ਵਿੱਚ ਲੜਕਣਾ ਕਈਆਂ ਦੇ ਤੇ ਰਕਾਰ ਕੱਲਾ ਕੱਲਾ ਤੋੜ ਸਿੱਟਿਆ ਕੋਈ ਤਾਂ ਗੱਲ ਬਾਤ ਤੂੰ ਢਾਬਾ ਵਾਲੇ ਚ ਤੇ ਸਾਰੋ ਤੋਂ ਐਵੇਂ ਨੀ ਮੁੰਡੇ ਨੇ ਖੋਰ ਦਿੱਤਿਆ ਵੀ ਸਾਰੋ ਤੋਂ ਐਵੇਂ ਨੀ ਮੁੰਡੇ ਨੇ ਖੋਰ ਦਿੱਤਿਆ ਕਲੂਰ ਆਲਕ ਸਾਰੋ ਵਾਲਾ ਭਰਾ ਕਹਿੰਦਾ
ਭਾਈ ਜੀ ਢਾਬਾ ਵਾਲੇ ਸ਼ੇਰੂ ਦਾ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਤੇ ਇੱਕ ਟੀ ਸ਼ਰਟ ਦਾ ਸਨਮਾਨ ਕਰਨਾ। ਉਹ ਟੀ ਸ਼ਰਟ ਕੋਈ ਆਮ ਟੀ ਸ਼ਰਟ ਨਹੀਂ ਆਉਣੀ, ਜਿਹੜੀ ਟੀ ਸ਼ਰਟ ਢਾਬਾ ਵਾਲੇ ਨੂੰ ਦੇਣੀ ਆ ਉਹ ਭਾਈ ਜੀ ਨੋਟਾਂ ਨਾਲ ਲੱਤੀ ਹੋਊਗੀ। ਇੱਕ ਵਾਰੀ ਤਾੜੀ ਮਾਰ ਦੋ ਜ਼ੋਰ ਦੇ ਨਾਲ ਮੇਰੇ ਵੀਰ ਢਾਬਾ ਵਾਲੇ ਦੁਨੀਆਂ ਦੇ ਵਿੱਚ ਕਦੇ ਖੁਰਦੇ ਮੇਲੇ ਦੀਆਂ ਗੱਲਾਂ, ਕਦੇ ਸਹਿਡਿਆਂ ਦੇ ਮੇਲੇ ਦੀਆਂ ਗੱਲਾਂ ਹੈ ਤੇ ਕਦੇ ਕਦੇ ਕਿਰਪਾਲ ਸਿੰਘਲ ਦਾ ਬੜਾ ਮੇਲਾ ਕਿੱਥੇ ਪੁੱਜਿਆ। ਨਵੀਂ ਸਾਉਣ ਵਾਲੇ ਵੀਰੋ ਨੂੰ ਵਾਰ ਖੋਲਦੇ ਸੋਨੇ ਵੀਰ ਥੋੜੀ ਜੀ ਮੈਂ ਬੜਾ ਤਗੜਾ ਤੇ ਜ਼ੋਰ ਲੱਗੂਗਾ ਸਾਰੀ ਤਗੜੇ ਆ ਸ਼ੇਅਰ ਕਰ ਦਿਓ ਬਾਈ, ਵੱਡੀ ਗੱਲਬਾਤ ਹੀ ਹੋਣੀ ਆ ਬਾਈ, ਪੰਖ ਕਰਿਓ ਸ਼ੇਅਰ ਕਰਿਓ ਵੀਰੇ, ਸਕੋਰ ਪੁੱਛੀ ਵੀਰੇ ਬਾਈ, ਆਵਾਜ਼ ਥੋੜੀ ਹੋਰ ਖੋਲਦੇ ਸੋਨੇ ਵੀਰ ਬਖਸ਼ਿਆਂ ਦੀ ਬਾਈ, ਸਕੋਰ ਕੀ ਆ ਸਕੋਰ? ਹੈਲੋ ਹੈਲੋ ਜੀ, ਕਿੰਨੇ ਹੋ ਗਏ ਵੀਰੇ? 8 ਤੇ 6 ਇੱਕ 6 8 ਅਪ੍ਰੈਲ ਚ ਨੇੜ ਦੀ ਅਰਸ਼ਦੀਪ ਉੱਪਲ ਦਿੰਦਾ ਖੁੱਲੇ ਛੱਡੇ ਲੈ ਵੀ 7 ਤੇ 8 ਕਰੀ ਉਹ ਝਨੇਰ ਦੇ ਟੂਰਨਾਮੈਂਟ ਦੀ ਹੋਣੀ ਆ 7 ਤੇ 8 ਕਹਿੰਦੇ ਅਰਸ਼ ਵੀ ਕੈਨੇਡਾ ਜਿਹੜਾ ਬੈਠਾ ਕਿਵੇਂ ਨਾ ਬੋਲਾਂ ਨੂੰ ਵੀ ਵੱਡਾ ਮੰਗਣ ਕਰਾਂਗੇ ਆਪਾਂ ਕਰਦੇ ਬੱਚੇ ਆ ਲਓ ਸਾਹਮਣੇ ਕਿਵੇਂ ਕਮਾਲ ਹੋਈ ਜਾਂਦੀ ਹੈ ਮੇਰੇ ਮਿੱਤਰੋ, ਦੁਨੀਆ ਤਿਆਰ ਹੈ ਬਾਲ ਆਊਟ ਬਾਲ ਆਊਟ ਮੈਨੂੰ ਤੇ ਗੱਲ ਕੁਝ ਹੋਰ ਲੱਗਦੀ ਆ ਤੇ ਢਾਬਾ ਨਾਲ ਮੈਨੂੰ ਲੱਗਦਾ ਵੀ ਅੱਜ ਮਨ ਚ ਕੁਝ ਆਪਣੇ ਨਗਰ ਦੇ ਵਿੱਚ ਬੜੇ ਗਰੀਬ ਪਰਿਵਾਰ ਦਾ ਸੰਬੰਧ ਰੱਖਦਾ ਹੈ, ਤੜਕੇ ਤੋਂ ਲੈ ਕੇ ਕਈ ਵਾਰੀ ਦੂਜਾ ਦਿਨ ਚੜ ਜਾਂਦਾ ਤੇ ਇੱਦਾਂ ਹੀ ਪਾਣੀ ਪਿਆਉਂਦਾ ਰਹਿੰਦਾ ਹੈ। ਜ਼ਰੂਰ ਆਪਾਂ ਪਾਣੀ ਵਾਲੇ ਵੀਰ ਦਾ ਮਾਣ ਕਰੀਏ, ਜੋ ਸਰਦ ਹੈ 10-20-50 ਜੋ ਸਰਦਾ ਹੈ ਜ਼ਰੂਰ ਪਾਣੀ ਵਾਲੇ ਵੀਰ ਦਾ ਮਾਣ ਕਰੀਏ। ਜਿਹੜੇ ਵੀਰ ਲਾਈਵ ਦੇਖਦੇ ਉਹਨਾਂ ਨੂੰ ਬੇਨਤੀ ਹੈ ਇੱਕ ਲੋੜਵੰਦ ਹੈ ਕਿ ਤੋਂ ਮੰਗਦਾ ਨਹੀਂ ਕਰਤੱਬਾਂ ਵਾਲੇ ਆਉਂਦੇ ਹੈ 2 ਮਿੰਟਾਂ ਦੇ ਵਿੱਚ ਅੱਟੇ ਕੱਟੇ ਕਰਕੇ ਕਰਤੱਬ ਮੁੜ ਜਾਂਦੇ ਹੈ, ਪਰ ਦੇਖੋ ਵੀ ਤੜਕੇ ਦਾ ਆਇਆ ਤੇ ਢੋਲੀ ਕੋਈ ਮੋਢਿਆਂ ਤੇ ਹੈ ਮੋਢੇ ਰਹਿ ਜਾਂਦੇ ਹੈ ਜਦੋਂ ਨੂੰ ਫਾਈਨਲ ਮੈਚ ਹੁੰਦਾ ਹੈ, ਕਿੰਨੀ ਸੰਗਤ ਆਈ ਹੈ ਕਿੰਨੇ ਖਿਡਾਰੀ ਆਏ ਹੈ, ਇਕੱਲੇ ਇਕੱਲੇ ਖਿਡਾਰੀ ਨੂੰ ਜਿਹੜਾ ਪਾਣੀ ਪਿਆਉਣਾ ਹੈ ਤੇ ਮੋਦਕੀ ਕਿੱਥੇ ਪਈ ਹੈ ਤੇ ਜ਼ਰੂਰ ਆਪਾਂ ਇਸ ਵੀਰ ਦਾ ਮਾਣ ਕਰੀਏ। ਬਾਬਾ ਕਹਿੰਦੇ ਲੱਗਿਆ ਨਹੀਂ ਆਇਆ ਹੋਇਆ ਅਜੇ ਦੇਵਰ ਮੈਥੋਂ ਵਾਲਾ ਵੀਰ 100 ਵਰਿੰਦਰ ਬਾਬੇ ਦੇ ਲਈ ਆ ਗਿਆ ਪਾਣੀ ਵਾਲੇ ਦੇ ਲਈ ਵੀ ਧੰਨਵਾਦ ਹੈ ਕੈਥੋਂ ਆਏ ਭਰਾ ਦਾ ਵੱਡੇ ਮਾਣ ਵੱਡੇ ਪਿਆਰ ਪਾਣੀ ਵਾਲੇ ਬਾਬੇ ਲਈ ਆ ਗਏ ਹੈ ਤੇ ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ੇ। ਬਹੁਤ ਸੋਹਣਾ ਮੈਚ ਸਾਈਡ ਤੇ ਹੋਈ ਉਧਰ ਸਾਡੇ ਚੰਨੀ ਖੇੜਾ ਜੀ ਵੱਡੇ ਪ੍ਰਮੋਟਰਾਂ ਦੇ ਵਿੱਚ ਕਹਿੰਦੇ ਨਾਮ ਹੈ ਵਰਦੀ ਵੋਕਲ ਦੇ ਵਿੱਚ ਕਹਿੰਦੇ ਖੇੜਾ ਪਿੰਡ ਬੜਾ ਪ੍ਰਸਿੱਧ ਹੈ ਚੰਨੀ ਖੇੜਾ ਜੀ ਸਾਡੇ ਲਾਈਵ ਜੁੜੇ ਹੋਏ ਹੈ। ਆ ਵੀ ਉਧਰੋਂ ਲੰਗਰ ਕਮੇਟੀ ਦੇ ਵੀਰ ਸਾਡੇ ਭਾਈ ਮਿੱਠੇਉਣੀ ਤੇ ਨਾਲ ਜਸਪ੍ਰੀਤ ਜਗਵਿੰਦਰ ਹੋਣੀ ਇੱਕ ਬਲਜਿੰਦਰ ਬਾਈ ਹੋਣੀ ਸਾਡੇ ਉਹ ਕਹਿੰਦੇ ਪਾਣੀ ਵਾਲੇ ਬਾਬੇ ਦੀ ਸੇਵਾ ਅਸੀਂ ਕਰਨੀ ਹੈ ਵੱਡੇ ਮਾਣ ਕਰਨੇ ਆ 500 ਰੁਪਏ ਉਹਨਾਂ ਵੀਰਾਂ ਵੱਲੋਂ ਆ ਗਿਆ ਬਾਬਾ ਜੀ ਮੇਰੇ ਕੋਲ ਲੈ ਦੋ 6 ਆ ਉਧਰ ਇੱਕ ਰਵਿੰਦਰ ਕੈਨੇਡਾ ਤੇ ਕਾਸ਼ ਕੈਨੇਡਾ ਸੋਨੀ ਕੈਨੇਡਾ ਸੋਨੀ ਆਸਟ੍ਰੇਲੀਆ
ਸੋਨੀ ਆਸਟ੍ਰੇਲੀਆ ਕਾਸ਼ ਕਨੇਡਾ ਦੇ ਨਾਲ ਪਰਮਿੰਦਰ ਕਨੇਡਾ ਰਵਿੰਦਰ ਕਨੇਡਾ ਇਹ ਭਰਾ ਸਾਡੇ ਕਹਿੰਦੇ ਵੀ ਅਗਲੇ ਸਾਲ ਬਾਬੇ ਦਾ ਵੀ ਕਰ ਦਿਓ ਮਾਣ ਪਾਣੀ ਨਾਮ ਰੱਖੋਗੇ ਇਹਨਾਂ ਵੀਰਾਂ ਵੱਲੋਂ ਹੋਊਗਾ ਇੱਕ ਵਾਰੀ ਤਾੜੀ ਮਾਰਦੇ ਜੋੜਦੇ ਨੇ ਉਹ ਕਹਿੰਦੇ ਵੀ ਕਮੇਟੀ ਵਾਲੇ ਵੀਰ ਜਿੰਨਾ ਵੀ ਕਹਿਣਗੇ ਵੀ ਆ ਗੱਦੂ ਸੰਦੀਪ ਭਾਈ ਪਰਵਿੰਦਰ ਹੋਈ ਜੱਸੀ ਹੋਣੀ ਵੀ ਓਨਾ ਹੀ ਨਾਮ ਆਪਾਂ ਦੇ ਦਿਆਂਗੇ ਓਨਾ ਨਾਮ ਰੱਖ ਦਿਆਂਗੇ ਵੱਡੇ ਦਿਲ ਹੈ ਬਹੁਤ ਵੱਡੇ ਸਹਿਯੋਗ ਹੈ ਸਾਡੇ ਗੋਲਡਨ ਪ੍ਰਮੋਟਰ ਕਰਤਾ ਹੈ ਵਰਿੰਦਰ ਚਾਵਲੀ ਕੋਲ 500 ਪਹੁੰਚ ਚੁੱਕਿਆ ਹੈ ਬਾਬਾ ਜੀ 500 ਪ੍ਰਾਪਤ ਕਰ ਲਿਓ ਚੰਨੀ ਖੇੜਾ ਜੀ ਸਾਡੇ ਜੀ ਵਾਹ ਜੀ ਵਾਹ ਚੰਨੀ ਖੇੜਾ ਬਾਈ ਕਹਿੰਦੇ ਚਰਚੇ ਹੁੰਦੇ ਵੱਡੇ ਬਾਈ ਦੇ ਯੂਐਸਏ ਤੋਂ ਕਹਿੰਦੇ ਲਾਈਵ ਰਿਹਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜਸਵਿੰਦਰ ਹੋਣੀ ਵੀਰ ਸਾਡੇ ਬਾਈ ਮਿੱਠੇ ਹੋਣੀ ਜਸਪ੍ਰੀਤ ਹੋਣੀ ਉਹਨਾਂ ਵੱਲੋਂ ਪਾਣੀ ਵਾਲੇ ਬਾਬੇ ਲਈ 500 ਦੇ ਵੱਡੇ ਮਾਣ ਆਏ ਆ ਜੀ 500 ਰੁਪਿਆ ਗੁਪਤ ਦਾਨ ਆ ਜਾਵੇ ਬਾਬੇ ਭਈਏ ਵਾਲ ਦਾ ਕਹਿੰਦੇ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਵੱਲੋਂ ਤੇ ਨਾਲ ਹੀ ਹੈਪੀ ਸਾਡਾ ਵੀਰ ਉਹਨਾਂ ਵੱਲੋਂ 500 ਰੁਪਿਆ ਪਾਣੀ ਵਾਲੇ ਬਾਬੇ ਜੀ ਮੇਰੇ ਕੋਲ ਆ ਗਿਆ ਬਾਬਾ ਜੀ ਤੁਹਾਡਾ 1000 ਰੁਪਇਆ ਮੇਰੇ ਕੋਲ ਲੈ ਜਿਓ ਜੀ ਲਾ ਵੀ ਯਾਰ ਇੱਕ ਵਾਰੀ ਤੇ ਪਾਣੀ ਵਾਲੇ ਬਾਬੇ ਲਈ ਪਹਿਲਾਂ ਤਾੜੀ ਮਾਰ ਦੋ ਜੋੜਦੇ ਨੇ ਤੇ ਇੱਕ ਤਾੜੀ ਮੈਂ ਸੱਜਣਾ ਵੀ ਮਾਰੋ ਜਿਹੜੇ ਇੱਥੇ ਮਾਨ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰੀਆਂ ਮਾਨ ਦੇ ਸੁਖਸ਼ੀਤਾਂ ਦਾ ਬਹੁਤ ਵੱਡਾ ਧੰਨਵਾਦ ਹੈ ਤੇ ਦੁਨੀਆ ਦੇ ਵੱਡੇ ਮੱਲ ਬਲਬੀਰ ਸਿੰਘ ਯੰਪੀ ਦਾ ਮਾਨ ਜਿਹਨੇ ਪਹਿਲਾ ਮੋਟਰਸਾਈਕਲ ਵਾਲੀਬਾਲ ਦੀ ਦੁਨੀਆ ਦੇ ਵਿੱਚ ਜਿੱਤਿਆ ਹੈ ਪੀਜੇ ਤੋਂ ਬਾਅਦ ਇਸ ਇਲਾਕੇ ਦਾ ਨਾਂ ਦੁਨੀਆ ਦੇ ਵਿੱਚ ਪੈਦਾ ਕਰਨ ਵਾਲਾ ਖਿਡਾਰੀ ਬਈਆਲੀਆ ਕਹਿੰਦੇ ਮਨਦੀਪ ਸਿੰਘ ਜੋਤੀ ਵੀ ਬਈਆਲੀਆ ਵੱਡਾ ਮਾਨ ਕਹਿੰਦੇ ਦਿੱਤਾ ਗਿਆ ਪ੍ਰਬੰਧਕ ਕਮੇਟੀਓ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹਨਾਂ ਵੀਰਾਂ ਨੇ ਪਾਣੀ ਵਾਲੇ ਵੀਰ ਦਾ ਮਾਨ ਕੀਤਾ ਹੈ ਇੱਕ ਬੜਾ ਨੇਕ ਦਿਲ ਇਨਸਾਨ ਬੜਾ ਹੀਰਾ ਬੰਦਾ ਹੈ ਪਾਣੀ ਵਾਲਾ ਬਾਬਾ ਤੇ ਵੱਡਾ ਧੰਨਵਾਦ ਜਿਹਨੇ ਵੀਰਾਂ ਨੇ ਪਿਆਰ ਮਾਨ ਜਿਹੜੇ ਬਖਸ਼ੇ ਹੈ ਲਵੀ ਰੋਜੀ ਖਾਂ ਵੱਲੋਂ ਵੀ 100 ਰੁਪਏ ਪਾਣੀ ਵਾਲੇ ਬਾਬੇ ਨੂੰ ਵੀ ਆਇਆ ਬਹੁਤ ਬਹੁਤ ਧੰਨਵਾਦ ਰਾਹੁਲ ਸਾਹਿਬ ਬੜੇ ਕਹਿੰਦੇ ਕਮਾਲ ਕਰ ਦਿੱਤੀ ਹੈ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਮੁੰਡਿਆਂ ਨੇ ਕਹਿੰਦੇ ਬੱਲੇ ਬੱਲੇ ਕਰਵਾਤੀ ਆ ਨਵਾਬ ਇੱਧਰ ਕਿੰਨੇ ਕਿੰਨੇ ਨੰਬਰ ਹੋ ਗਏ ਸੋਨੇ ਵੀਰ 10 ਨਹੀਂ ਯਾਰ ਵੀਰੇ ਲਾਈਵ ਤਾਂ ਬਿਲਕੁਲ ਉੱਤੇ ਚੱਲ ਰਿਹਾ ਵੀਰੇ ਹਾਊਸ ਸਾਹਮਣੇ 10 ਨੰਬਰ ਅੰਗਰੇਜ਼ ਦੀ ਟੀਮ ਦੇ ਤੇ ਪਰਸੈਂਟ ਵੀ ਨਹੀਂ ਉਸ ਗਰੂਰ ਵਾਲੇ ਬੰਦਿਆਂ ਦੇ ਬਈ ਜੀਤ ਉਹਨਾਂ ਦੇ ਕਿਰਤੀ ਉਹਨਾਂ ਦੇ ਵਾਕਈ ਕਹਿੰਦੇ ਜ਼ੋਰ ਲੱਗਿਆ ਹੋਇਆ ਹੈ ਨਾਗਰਿਆਂ ਦੇ ਰਵਨ ਦਾ ਜ਼ੋਰ ਬਾਹਲਾ ਲੱਗਿਆ ਹੈ ਨਵੀਂ ਜੇ ਦੇ ਮੁਹੰਮਦ ਗਿੱਲ ਦੇ ਨਾਲ ਜੋਤੀ ਮੁਹੰਮਦ ਗਿੱਲ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੇ ਦੇ ਤੇ ਜੋਤੀ ਦਾ ਬਹੁਤ ਬਹੁਤ ਧੰਨਵਾਦ ਰਵੀ ਵਰਿੰਦਰ ਇੱਧਰ ਕਹਿੰਦੇ ਕਿੰਨੇ ਨੰਬਰ ਨੇ ਖੇੜੀ ਦੇ ਮੁੰਡੇ ਨਾਲ ਕਹਿੰਦੇ ਬਾਬੇ ਲੁਧਿਆਣੇ ਦੀ ਟੀਮ ਕਹਿੰਦੇ ਖੇਤੀ ਤੁਰੀ ਆਉਂਦੀ ਹੈ ਲਵੀ ਮਨਦੀਪ ਨੰਬਰ ਦੱਸੀ ਪੁੱਛ ਕੇ ਸੋਨੇ ਵੀਰ ਕਿੰਨੇ ਕਿੰਨੇ ਹੋ ਗਏ ਉਧਰੋਂ ਕਹਿੰਦੇ ਬਈ ਵਾਲੀਏ ਚੌਂਟੀ ਦਾ ਵੀ ਵੱਡਾ ਮਾਨ ਸਨਮਾਨ ਕਹਿੰਦੇ ਪ੍ਰਬੰਧਕ ਕਮੇਟੀ ਵਾਲੇ ਵੀਰਾਂ ਵੱਲੋਂ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਨੰਬਰ ਦਾ ਸਕੋਰ ਪੁੱਛੀ ਸਕੋਰ ਲਵੀ ਕਿੰਨੇ ਕਿੰਨੇ ਨੰਬਰ ਹੋ ਗਏ ਬਾਈ ਜੋਤੀ 8 8 1 ਵਾਹ ਜੀ ਵਾਹ ਕੋਈ ਨਾ ਕੋਈ ਨਾ ਕਰਦੇ ਕਰਦੇ ਇੱਕ ਇੱਧਰ ਕਰਦੇ 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 ਮੈਚ ਹਜੇ ਤਾਂ ਰਹਿੰਦੇ ਹੋਣਗੇ ਯਾਰ ਇੱਕ ਤਾਂ ਬਹੁਤ ਸੋਹਣਾ ਮੈਚ ਇੱਕ ਨੰਬਰ ਦੇ ਵਿੱਚ ਵੀ ਕਹਿੰਦੇ ਪੈਂਦੇ ਪੜਾਕੇ ਖੇਡਦੇ ਕਾਕੇ ਉਹ ਮੈਚ ਦੋ ਨੰਬਰ ਦੇ ਵਿੱਚ ਵੀ ਕਹਿੰਦੇ ਬਾਹਲਾ ਤਕੜਾ ਚੱਲਦਾ ਹੈ
ਤਿੰਨ ਦੇ ਵਿੱਚ ਵੀ ਪਿੰਡ ਮੇਰਾ ਤੋਂ ਅੱਗ ਨਿਕਲਦੀ ਹੈ। ਨਵੀਂ ਗੁੱਟ ਆਪਣੇ ਕੋਲ ਇੱਕ ਮੈਚ ਰਹਿ ਗਿਆ, ਸੁਣ ਵੀਰ ਰੈਂਡ ਕਹਿੰਦੇ ਚੜ੍ਹਦਿਆਂ ਤੋਂ ਯਾਰਾਂ ਦਾ ਯਾਰ ਆਏ ਬਾਈ ਆਕਾਸ਼ਦੀਪ ਕਹਿੰਦੇ ਪਾਗੜੀ ਬੈਠਾ ਵਿੱਚ ਕੈਨੇਡਾ ਦੇ ਜੀ ਦੀ ਯਾਰੀ ਆ ਕਹਿੰਦੇ ਬਲਵਿੰਦਰ ਬਾਈ ਦੇ ਨਾਲ ਤੇ ਬਲਵਿੰਦਰ ਬਾਈ ਕਹਿੰਦਾ ਵੀ ਆਉਂਦੇ ਸਾਲ ਪਹਿਲਾ ਪ੍ਰਾਈਜ ਭਾਵੇਂ ਲੱਖ ਰੱਖ ਦੀਏ ਨਾਲ ਸੰਦੀਪ ਹੋਣੀ ਆ ਵੀ ਆਪਣੇ ਵੱਲੋਂ ਦਿੱਤਾ ਜਾਣਾ ਆਕਾਸ਼ ਬਾਗੜੀ ਬੈਠਾ ਵਿੱਚ ਕੈਨੇਡਾ ਦੇ ਵੱਡਾ ਧੰਨਵਾਦ ਸਾਡੇ ਵੀਰ ਆਓ ਚਰਨੇ ਬੱਚਾ ਕਹਿੰਦੇ ਲਾਵੀ ਬਾਜ ਮੇਰਾ ਉਹ ਦੋ ਖਿਡਾਰੀ ਦੋਵੇਂ ਗਰਾਊਂਡਾਂ 'ਚ ਖੇਡਦੇ ਦੋ ਤੇ ਤਿੰਨ ਨੰਬਰ ਗਰਾਊਂਡ 'ਚ ਜਿਹੜੇ ਰੱਸੀ ਟੱਪਾਂ ਦੇ ਸ਼ਕੀਨ ਬੰਦੇ ਕਹਿੰਦੇ ਮਿਹਨਤ ਲਾਉਂਦੇ ਆ ਸਵੇਰੇ 4 ਵਜੇ ਉੱਠ ਕੇ ਉੱਧਰ ਰਵੀ ਖੇਡੀ ਆਉਂਦਾ ਰਵੀ ਰਵੀ ਇੱਧਰ ਸ਼ੇਰੂ ਖੇਡੀ ਆਉਂਦਾ ਆਹ ਮੁੰਡੇ ਕਹਿੰਦੇ ਮੇਰੇ ਮਿੱਤਰੋ ਆਹ ਇਕੱਠੇ ਕਹਿੰਦੇ ਐਕਸਰਸਾਈਜ਼ ਲਾਉਂਦੇ ਆ ਚੜ੍ਹਦੇ ਵੱਡੇ ਲਾਓ ਮਾਜਰੇ ਵਾਲਾ ਲਵੀ ਛੋਟੂ ਵੀ ਖੇਡ ਕਿਵੇਂ ਲੱਗੀ ਦਰਸ਼ਕਾਂ ਨੇ ਤਾੜੀਆਂ ਮਾਰਦੇ ਦੇਖਦੇ ਨੇ ਸਾਹਮਣੇ ਕਹਿੰਦੇ ਸਾਡਾ ਚੇਂਜ ਹੋ ਗਈ ਆ ਬੜੀ ਜਲਦੀ ਦੇ ਨਾਲ ਮੈਨੂੰ ਲੱਗਦਾ ਵੀ ਚੇਂਜ ਹੋ ਗਈ ਆ ਲਾਸਟ 1 10 ਬਾਬਾ ਲਗਾਣਾ ਕੋਈ ਖੇੜੀ ਦਾ ਮੈਚ ਵੀ ਕਹਿੰਦੇ ਬੜਾ ਤਕੜਾ ਹੈ ਉਹ ਤੋਂ ਬਾਅਦ ਨੰਦਗੜ੍ਹ ਤੇ ਮਰਦਾ ਹੈ ਜੋ ਸਵੇਤ ਇੱਕ ਮੈਚ ਆਪਣੇ ਕੋਲ ਬਾਕੀ ਹੈ ਫਿਰ ਅਗਲੀ ਅਟਾਈਆਂ ਦੀ ਕਾਰਵਾਈ ਆਪਾਂ ਕਰਾਂਗੇ ਮਰਦਾ ਹੇੜੀ ਸਵੇਤ ਤੇ ਨੰਦਗੜ੍ਹ ਦੀਆਂ ਟੀਮਾਂ ਵੀ ਆਪਣੀ ਤਿਆਰੀ ਰੱਖਣਗੀਆਂ ਲੈਵੀ 10 ਨੰਬਰ ਦਾ ਰਾਹ ਨੰਬਰ ਕਿੰਨੇ ਕਿੰਨੇ ਹੋ ਗਿਆ ਫਿਰ ਮੈਦਾਨ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਮਾਨਸਾ ਵਾਲੇ ਦੋਨੋਂ ਸਾਰਾ ਹੀ ਮਾਨਜੀ ਤੁਰੇ ਆਉਂਦੇ ਆ 10 ਇੱਕ ਵੀ ਟੱਕਰ ਹੈ ਜੀ ਉਹ ਮੁੰਡਾ ਰਾਮ ਕੋ ਬਹੁਤ ਵੱਡਾ ਕਹਿੰਦੇ ਸਾਡੇ ਦਾ ਸਾਈਡਾਂ ਦੇ ਬਾਪੇ ਕਾਤੇ ਜ਼ਰੂਰ ਹੈ ਲਓ ਕਰਨਾ ਆ ਗਿਆ ਕਹਿੰਦੇ ਸੈਂਟਰ ਦੇ ਵਿੱਚ ਕੁਝ ਵੱਖਰਾ ਕਰਾਂਗੇ ਸਾਰੇ ਜੱਗ ਤੋਂ ਬਾਕੀ ਯੋਧਿਆਂ ਦੀ ਵੱਖਰੀ ਜਮਾਤ ਹੁੰਦੀ ਹੈ ਗੱਲਾਂ ਵੀ ਕਹਿੰਦੇ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ 'ਚ ਕੋਈ ਗੱਲ ਬਾਤ ਹੁੰਦੀ ਹੈ ਉਹਨਾਂ ਦੀਆਂ ਗੱਲਾਂ ਕਰਦੀ ਹੈ ਲੈ ਵੀ ਇੱਧਰੋਂ ਜਰਸੀ ਜਵੰਦਾ ਕਲੱਬ ਆਸਟ੍ਰੇਲੀਆ ਦੀ ਟੀਮ ਹਿੰਮਤ ਆਣਾ ਉਹਨਾਂ ਵੱਲੋਂ ਵੀ ਕਿਸੇ ਦੇ ਵੱਡੇ ਮਾਣ ਪਾਣੀ ਵਾਲੇ ਬਾਬੇ ਦੇ ਲਈ ਆਏ ਮੇਰੇ ਵੀਰੋ ਬਹੁਤ ਵੱਡਾ ਧੰਨਵਾਦ ਹੈ ਪਾਣੀਆਂ ਦਾ ਬਾਬਾ ਵੀ ਪੈਸੇ ਲੈ ਰਿਹਾ ਜ਼ਰੂਰ ਉਹ ਰਾਜੇ ਗੋਇੰਦ ਜੀ ਕੈਨੇਡਾ ਸਾਡੇ ਇਹ ਰਵੀ ਅੱਜ ਪਹਿਲੇ ਨੰਬਰ ਤੇ ਆਉਂਦਾ ਹੈ ਤੇ ਝਨੇਰ ਦੇ ਟੂਰਨਾਮੈਂਟ ਦੇ $50 ਉਹਨਾਂ ਵੱਡੀਆਂ ਹੋਣਗੇ ਰਵੀ ਦੇ ਲਈ ਲਈ ਰਵੀ ਮਾਰ ਕਰਦੀ ਹੈ ਦੁਨੀਆ ਲਾਵੀ ਉੱਧਰੋਂ ਕਹਿੰਦੇ ਸਰਦਾਰ ਨਿਰਮਲ ਸਿੰਘ ਜੀ ਸਰਪੰਚ ਖੁੱਲੇ ਸੱਦੇ ਲਾਉਂਦੇ ਆ 7 ਤਰੀਕ ਤੇ 8 ਤਰੀਕ ਨੂੰ ਕਹਿੰਦੇ ਗੱਲਾਂ ਹੋਣਗੀਆਂ ਮੇਰੇ ਵੀਰੋ ਕਰਦੇ ਵੱਡੇ ਹੋਣਗੇ ਮਨਪ੍ਰੀਤ ਵੀ ਆ ਹੋਇਆ ਕਹਿੰਦੇ ਗੰਗੇ ਚਾਚੇ ਹੁਣੀ ਵੇਹਰੇ ਫਿਰਦੇ ਆ ਉਹ ਕਹਿੰਦੇ ਧਰਨ ਉਹਨਾਂ ਦੀ ਗੱਲ ਹੁੰਦੀ ਮੇਰੇ ਮਿੱਤਰੋ ਉਹ ਕਹਾਣੀ ਕਹਿੰਦੇ ਲੱਗੂਗੀ ਟਿਕਾਣੇ ਜੱਸੀ ਦਾ ਮੈਚ ਬਾਲੀਵਾਲ ਲਾਈਵ 21:00 ਬੰਨ ਪੇਜ ਤੇ ਵੀਰੇ ਬਹੁਤ ਸੋਹਣਾ ਮੈਚ ਇੱਧਰ ਕਹਿੰਦੇ ਰੈਸਰੀਆ ਜੱਸਾ ਖੇਡ ਰਿਹਾ ਹੈ ਆਇਆ ਆਇਆ ਵੀਰੇ ਜੱਸਾ ਆਇਆ ਵੀਰੇ ਬਿਲਕੁਲ ਆਇਆ ਜੱਸਾ ਸ਼ਾਸਤਰੀ ਨਹੀਂ ਆਇਆ ਵੀਰੇ ਨਹੀਂ ਆਇਆ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਟੱਕਰ ਕਹਿੰਦੇ ਤਕੜੀ ਹੈ ਦੱਸੋ ਨਾਗਰੇ ਵਾਲਾ ਗੱਲ ਕਿੱਥੇ ਵੇਖ ਰਹੀ ਹੈ ਨਾਗਰੇ ਵਾਲਾ ਕਹਿੰਦੇ ਨਵਾਂ ਯਾਰਾਂ ਦਾ ਯਾਰ ਆਇਆ ਹੋਇਆ ਹੈ ਇਹਦੀ ਯਾਰੀ ਗੁਰਵਿੰਦਰ ਖੱਬੇ ਦੇ ਨਾਲ ਹੈ ਨਾਲ ਵਾਲੀ ਖੱਬੇ ਦੀ ਦਹਿਸ਼ਤ ਅੱਜ ਵੀ ਕਹਿੰਦੇ ਬਰਕਰਾਰ ਹੈ ਨਾਗਰੇ ਵਾਲੇ ਦੀ ਯਾਰੀ ਕਹਿੰਦੇ ਮੌੜਾਂ ਵਾਲੇ ਪੱਲੂ ਦੇ ਨਾਲ ਵੀ ਪੱਕੀ ਹੈ ਗੱਲਾਂ ਕਹਿੰਦੇ ਹੁੰਦੀਆਂ ਨੇ ਰੈਸਰੀਏ ਜੱਸੇ ਦੀ ਖੇਡਦੇ ਵੀ ਮਾਣ ਕਰਦਾ ਬਾਈ ਪਿਰਚੀ ਉਹਨਾਂ ਦੀ ਖੇਡਦੇ ਬਾਈ ਪੱਲੂ ਮਾਣ ਵੀ ਆ ਉਹ ਕਹਿੰਦੇ ਗੱਲਾਂ ਹੁੰਦੀਆਂ ਨੇ ਮੇਰੇ ਮਿੱਤਰੋ
ਬਹੁਤ ਸੋਹਣਾ ਮੈਚ, ਇੱਧਰ ਵੀ ਨੰਬਰ ਕਹਿੰਦੇ ਮੈਨੂੰ ਲੱਗਦਾ ਵੀ 11-11 ਗੁਰੀ 11-11 ਨੰਬਰ ਹੈ। ਇੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਪੇਟਾ ਬੋਲ ਵਾਲੀ, ਇੱਥੇ ਚੱਲੇਗਾ ਚੱਲੂਗੀ ਨਾਲ ਤੇਰੇ 11 ਨੰਬਰੀ ਸੰਗਰੂਰ ਵਾਲੇ ਮੁੰਡਿਆਂ ਦੇ, ਹਉ 11 ਨੰਬਰੀ ਕਹਿੰਦੇ ਮਰਦਾ ਹੋਣੀ ਅੰਗਰੇਜ਼ ਦੀ ਟੀਮ ਦੇ ਹੈ, ਸਿਰੇ ਦਾ ਮੈਚ ਖੇਡਿਆ ਜਾ ਰਿਹਾ। ਇੱਧਰ ਕਹਿੰਦੇ ਮੈਂ ਖਰਦੀ ਧਰਤੀ ਦਾ ਨਵਾਬ, ਕਹਿੰਦਾ ਮੈਂ ਖੁਰਦਾਲਾ, ਇਹਦਾ ਪਿਤਾ ਬਹੁਤ ਤਕੜਾ ਖੇਡਿਆ, ਥੱਲੇ ਬੋਰਡ ਉੱਤੇ ਵਾਲੀ ਗੱਲ ਹੈ। 11-11 ਨੰਬਰ ਮੈਚ ਤੇ ਬੜਾ ਤਕੜਾ ਹੈ, ਮੇਰੀ ਗੱਲਾਂ 19-21 ਹੋ ਗਈ ਰਹਿ ਸਰ, ਬੀਕਾਨੇਰ ਬਣ ਜਾਣਾ ਹੈ। ਹਉ ਮੁੰਡੇ ਸੰਗਰੂਰ ਵਾਲੇ ਬੋਰਡ ਵੇਖੋ ਤੇ ਨਾ ਬਿਸਕੁਟ ਹੈ, ਜੱਸੂ ਹੁਣੀ ਕਹਿੰਦੇ ਤੇ ਨਾਲ ਜਗਵਿੰਦਰ ਹੁਣੀ ਹੈ ਤੇ ਨਾਲ ਬਾਈ ਗੱਗੂ ਪਾਗੜੀ, ਬਲਵਿੰਦਰ ਪਾਗੜੀ, ਸੰਦੀਪ ਪਾਗੜੀ ਹੈ ਤੇ ਜੱਸੀ ਪਾਗੜੀ, ਉਹਨਾਂ ਦੇ ਨਾਲ ਪਿਆਰ ਹੈ ਭਰਾ ਸਾਡੇ ਕਾਸ਼ ਦਾ। ਉਹ ਕਹਿੰਦਾ ਵੀ ਜੇ ਕੋਈ ਘਾਟਵਾਲ ਰਹਿ ਗਈ ਤੇ ਦੱਸ ਦਿਓ ਤੇ ਪੂਰੀਆਂ ਕਰ ਦਾਂਗੇ, ਪਿੱਠ ਵੀ ਲੱਗੇ ਬੰਦੇ, ਭਰਾਵਾਂ ਦਾ ਪਿਆਰ ਹੈ ਬਈ। ਆਕਾਸ਼ ਕਹਿੰਦੇ ਕੈਨੇਡਾ ਤੋਂ ਲਾਗ ਜਿਹੜਾ ਬੈਠਾ, ਵੀ ਤੂੰ ਕਿਉਂ ਘਬਰਾਉਂਦੀ ਅੜੀਏ ਵੀ ਜੱਟ ਫੋਕੇ ਫੈਕਟਰ ਨਾਮ ਵਾਲੇ ਤੇ ਦਰੇ ਦਿਖਾ ਦੇਣਗੇ ਤਾਰੇ, ਹਾਂ ਮੈਨੂੰ ਮਾਣ ਬਣਾ ਇਹਨਾਂ ਤੇ ਜਿਹੜੇ ਮੋਢਾ ਜੋੜ ਕੇ ਨਾਲ ਖੜੇ ਤੇ ਫੱਟੇ ਚੱਕ ਦੇਣਗੇ ਨੀ ਹੈਗੇ ਸੁੱਖਣਾ ਮਿੱਤਰਾਂ ਦੇ। ਯਾਰ ਬੜੇ ਵਾਕਈ ਕਹਿੰਦੇ ਯਾਰਾਂ ਦਾ ਗੋਲਾ, ਅੱਜ ਭੇੜੀ ਗਲਾਂ ਦਾ ਗੋਲਾ ਚੱਲਦਾ ਹੈ। ਉਹ ਚਾਜਾ ਚੜ੍ਹਦਾ ਚਾਜਾ ਚੜ੍ਹਦਾ, ਨਾਗਰੇ ਵਾਲਾ ਤੇ ਬਹੁਤ ਫਿੱਟ ਹੈ, ਕਿਤੇ ਬੱਸੀਆਂ ਦੇ ਮੇਲੇ ਦਾ ਸਾਈਕਲ ਜਿੱਤਿਆ 120 ਟੀਮਾਂ ਚੋਂ, ਕਦੇ ਗਾਲਬ ਕਦੇ ਮੜੀ ਦੇ ਪਿੰਡੋਂ ਮੁੰਡੇ ਨੇ ਸਾਈਕਲ ਜਿੱਤਿਆ। ਬਹੁਤ ਵੱਡਾ ਨਾਮ ਹੈ ਵਾਲੀਬਾਲ ਦੀ ਦੁਨੀਆ ਦੇ ਵਿੱਚ, ਜਿੰਨਾ ਵਧੀਆ ਖਿਡਾਰੀ ਹੈ ਨਾਗਰੇ ਵਾਲਾ ਉਹਦੀ ਜ਼ਿਆਦਾ ਵਧੀਆ ਇਨਸਾਨ ਹੈ, ਮੇਮਰ ਦਾ ਸਹਿਣ ਸ਼ੀਲਤਾ ਵਧੀਆ ਮੁੰਡੇ ਦੇ ਵਿੱਚ, ਬੜਾ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਨਾਲ ਕਹਿੰਦੇ ਗੁੱਜਰਾਂ ਦੀ ਧਰਤੀ ਦਾ ਜੱਸੀ, ਜੈਨ ਦਾ ਪਿੰਡ ਹੈ, ਚਰਚੇ ਵਰਗਾਂ ਦੇ ਹੋਏ ਹੈ। ਲਓ ਵੀ ਨਿਆਣੇ ਵਾਲੀ ਹੈ, 2 ਤਰੀਕ ਹੋ ਰਹੀ ਹੈ ਧਰਮਗੁਰ ਦੇ ਮੇਲੇ ਦੀ ਹੈ, ਤੇ ਧਰਮਗੁਰ ਵਾਲਾ ਕਹਿੰਦੇ ਸਾਡਾ ਵੀਰ ਸੱਤੀ ਹੈ, ਉਹ ਵੀ ਖੁੱਲੇ ਸੱਤੇ ਲਾਉਂਦਾ ਹੈ। ਸੱਤੀ ਕਹਿੰਦੇ ਧਰਮ ਦੀਆ 2 ਅਪ੍ਰੈਲ ਨੂੰ ਕਹਿੰਦੇ ਖੁੱਲੇ ਸੱਤੇ ਲਾਉਂਦਾ, 2 ਤਰੀਕ ਕਹਿੰਦੇ ਧਰਮਗੜ ਦੀ ਹੈ, ਤੇ ਲਾਕਾ ਕਹਿੰਦੇ ਸਾਜਲੀ ਵਾਲੇ ਤਾਰੇ ਦਾ ਹੈ। ਗੱਲਾਂ 2 ਤਰੀਕ ਨੂੰ ਨੰਬਰਦਾਰਾ ਧਰਮਗੜ ਦੀਆਂ ਹੋਰ ਗਈਆਂ, ਤਾਰਾ ਕਹਿੰਦਾ ਵੀ ਆ ਜਾਓ ਸਾਰਿਆਂ ਦੀ ਸੇਵਾ ਵੱਡੇ ਪੱਧਰ ਤੇ ਆਪਾਂ ਕਰਾਂਗੇ, ਕਿਉਂਕਿ ਜਦੋਂ ਵੀ ਇਸ ਇਲਾਕੇ ਦੇ ਵਿੱਚ ਗਏ ਹੈ ਤੇ ਤਾਰੇ ਵਰਗੇ ਨੇ ਵੱਡਾ ਮਾਣ ਵੱਡਾ ਪਿਆਰ ਬਖਸ਼ਿਆ, ਚਾਹੇ ਚੰਗਾਲੀ ਦੇ ਮੇਲੇ ਦੀ ਗੱਲ, ਚਾਹੇ ਗੱਲਾਂ ਕਹਿੰਦੇ ਲੜਾਲ ਦੇ ਮੇਲੇ ਦੀਆਂ ਹੋਣ, ਹਾਏ ਕਹਿੰਦੇ ਤਾਰਾ ਵੀ ਸਾਡਾ ਵੀਰ ਸਾਲੀ ਵਾਲਾ ਲੈਵ ਜੁੜਿਆ ਹੈ। ਮੈਚ ਉੱਧਰ 3 ਨੰਬਰ ਗਰਾਊਂਡ ਦਾ ਵੀ ਕਹਿੰਦੇ ਬਹੁਤ ਤਕੜਾ, ਬਹਾਦਰ ਵਧੀਆ ਰਵੀ, ਨਾਲ ਕਹਿੰਦੇ ਬਾਬਾ ਕੌੜਾ ਬਾਬੇ ਲੁਧਿਆਣੇ ਦੀ ਟੀਮ ਬਹੁਤ ਵਧੀਆ ਬਣੀ ਹੋਈ ਹੈ, ਦੂਜੇ ਪਾਸੇ ਕਹਿੰਦੇ ਖੇੜੀ ਸਾਡੇ ਸੋਹਣੇ ਭਰਾ ਪੀਤੇ ਦਾ ਪਿੰਡ ਹੈ। ਗੱਲਾਂ ਕਹਿਣਾ ਦੇ ਮੁੰਡੇ ਦੀਆਂ ਚੱਲੀਆਂ ਦੁਨੀਆਂ ਦੇ ਵਿੱਚ, ਅੱਜ ਕੱਲ ਵੀ ਕਹਿੰਦੇ ਯਾਤਰੀ ਕੈਨੇਡਾ ਦੇ ਵਿੱਚ, ਉਹ ਬੁੱਢੀ ਅੰਬਰਾਂ ਤੇ ਹੈ,
ਤੇ ਵਾਹਿਗੁਰੂ ਇਦਾਂ ਗੱਡੀ ਅੰਬਾ ਤੇ ਰੱਖਿਆ ਪੀਤਾ ਖੇਡ ਗਿਆ ਕਮਲੇ ਮਰਗੀ ਕਦੇ ਗੱਲਾਂ ਕਹਿੰਦੇ ਲਾਲੀ ਦੀਆਂ ਹੋਈਆਂ ਹਾਂ ਨਾਲ ਕਹਿੰਦੇ ਰਾਮਪਾਲ ਨਾਲ ਚਾਂਗਲੀ ਪਿੰਡ ਸੁੱਖੇ ਦਾ ਹੈ ਹਾਂ ਚਾਂਗਲੀ ਪਿੰਡ ਦਾ ਕਹਿੰਦੇ ਹਮਲੀ ਖੇਡ ਰਿਹਾ ਹੈ ਬਹੁਤ ਵਧੀਆ ਟੀਮ ਮੁੰਡਿਆਂ ਦੀ ਬਣੀ ਹੋਈ ਹੈ ਮੈਚ ਉੱਧਰ ਵੀ ਬੜਾ ਤਕੜਾ ਹੈ ਮੈਚ ਦੋ ਦੇ ਵਿੱਚ ਵੀ ਪੜਾਕੇ ਪੈਂਦੇ ਹਾਂ ਨੰਬਰਦਾਰਾਂ ਕਾਕੇ ਖੇਡੇ ਹੈ ਨਵੀਂ ਸੱਦੇ ਵਾਲੀ ਆ ਦਸੀ ਨੰਬਰ ਕੱਢਿਆ ਇੱਧਰ ਤੇਰਾ ਕਿਹੜੀ ਟੀਮ ਦੇ ਹੈ ਕਹਿੰਦੇ ਨੰਬਰਦਾਰਾ ਤੇਰਾ ਮਰਦਾ ਏਡੀ ਵਾਲਿਆਂ ਦੇ ਤੇ ਗਿਆਰਾਂ ਜਿਹੜੇ ਨੰਬਰ ਸੰਗਰੂਰ ਵਾਲਿਆਂ ਦੇ ਹੈ ਕਹਿੰਦੀ ਜੀਰੋ ਜੀਰੋ ਇੱਕ ਪੇਜ ਹੈ ਇਹ ਅਰਸ ਜੀਰੋ ਜੀਰੋ ਇੱਕ ਪੇਜ ਇਹ ਫੇਰੂ ਰਾਈ ਵਾਲੇ ਲਾਬੀ ਯਾਰ ਦਾ ਪੇਜ ਹੈ ਕਹਿੰਦੇ ਉਹ ਸੱਦੋ ਵਾਲੀ ਅਰਸ ਆਇਆ ਹੋਇਆ ਹੈ ਹੁਣ ਤੇ ਕਹਿੰਦੇ ਸੱਦੋ ਵਾਲੀ ਅਰਸ ਕਰਦਾ ਧਰਤਾ ਬਣ ਗਿਆ ਦੇਖਣ ਵਾਲੇ ਜੱਥੇ ਨੇ ਬਲਜੀਤ ਪ੍ਰੇਮ ਝਨੇਰਾਂ ਦਾ ਖੇਡ ਕਬੱਡੀ ਖੇਡਣਾ ਸੌਂਕ ਪੰਜਾਬੀ ਸੇਰਾਂ ਦਾ ਗੱਲਾਂ ਕਹਿੰਦੇ ਸੱਦੋ ਵਾਲ ਦੇ ਕੀਤੇ ਦਾ ਕਹਿੰਦੇ ਜ਼ਿਕਰ ਹੋਇਆ ਉਹ ਗੱਲਾਂ ਕਹਿੰਦੇ ਹੁੰਦੀਆਂ ਨੇ ਉਧਰੋਂ ਜ਼ਿੰਦਗੀ ਦਾ ਬੜਾ ਅਦੀਨ ਮਿੱਤਰ ਹੈ ਬੜਾ ਮਾਣ ਜ਼ਿੰਦਗੀ ਦਾ ਭਰਾ ਸਾਡਾ ਕਹਿੰਦੇ ਬਿੰਦਾ ਵੀ ਲਾਈਵ ਤੇ ਆ ਗਿਆ ਬਿੰਦਾ ਕਹਿੰਦੇ ਕਦੇ ਕਹਿੰਦੇ 12 ਯਾਰ ਦੀ ਸਮੈਸ਼ ਮਾਰੀ ਮੁੰਡੇ ਨੇ ਸੰਗਵਾਲ ਦੇ ਟੂਰਨਾਮੈਂਟ ਦੇ ਉਹ ਵੀ ਲਾਈ ਜੁੜ ਗਿਆ ਕੈਨੇਡਾ ਦੀ ਧਰਤੀ ਤੋਂ ਭਰਾ ਸਾਡਾ ਕਹਿੰਦਾ ਵੀ ਠੁੱਲੀ ਆਉਂਦੇ ਟੂਰਨਾਮੈਂਟ ਦੇ ਇਹਨਾਂ ਬੋਲਾਂ ਦਾ ਮਾਣ 21,000 ਨਾਲ ਕਰਦਾ ਧੰਨਵਾਦ ਹੈ ਵੀਰ ਸਾਡੇ ਦਾ ਬਿੰਦੇ ਦਾ ਰਸ਼ਕਾਰ ਨੂੰ ਵੀ ਲਾਈ ਜੁੜੇ ਬੈਠੇ ਆ ਆਹ ਗੱਲਾਂ ਕਹਿੰਦੇ ਟਿਕਾਣੇ ਨੇ ਲਾਈ ਮੈਨੂੰ ਲੱਗਦਾ ਵੀ ਸੈਂਟਰ 'ਚ ਆ ਗਿਆ ਸਾਹਮਣੇ ਕਹਿੰਦੇ ਅਗਲੀ ਸਰਵੇ ਮੁੰਡੇ ਨੇ ਫੇਰ ਕਰ ਦਿੱਤੀ ਹੈ ਉਧਰ ਜੇ ਕੇ ਫੂਡ ਵਾਲਾ ਯੱਗੀ ਦਿਖਾਣ ਬਾਦ ਵਾਲਾ ਵੀ ਕਹਿੰਦੇ ਕੈਨੇਡਾ ਜਾ ਰਿਹਾ ਨੀਤਾ ਸਾਹਿਬ ਤੇ ਸਭ ਕੁਝ ਮਾਫ਼ ਹੈ ਨੀਤਾ ਸਾਹਿਬ ਸਭ ਕੁਝ ਮਾਫ਼ ਹੈ ਨੰਬਰਦਾਰਾ ਕਹਿੰਦੇ ਸੋਚਿਆ ਨੀ ਉਹਨਾਂ ਵੀ ਬਰਗਰਾਂ ਵਾਲਾ ਵੀ ਕੈਨੇਡਾ ਜਾ ਸਕਦਾ ਹੈ ਪਰ ਉਹ ਵਾਹਿਗੁਰੂ ਬਾਬਾ ਨਾਨਕ ਹੈ ਜਿੱਥੇ ਜਿੱਥੇ ਚੋਗਾ ਲਿਖਿਆ ਹੈ ਚੁਗਣਾ ਪੈਂਦਾ ਹੈ ਉਹ ਜੱਗੀ ਕਹਿੰਦੇ ਸੀ ਦਿਖਾਣ ਬਾਦ ਵਾਲਾ ਉਹ ਵੀ ਅੱਜ ਕੈਨੇਡਾ ਤੋਂ ਲੈਣ ਜਿਹੜਾ ਹੋਇਆ ਹੈ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਹੈ ਵੀ ਨੰਬਰ ਦਿਖਾਣ ਬਾਦ ਵਾਲਾ ਕਿੰਨੇ ਕਿੰਨੇ ਹੋ ਗਏ ਬਲਬਈ ਫੂਡ ਹੱਬ ਵਾਲੇ ਵੀਰ ਸਾਡੇ ਦੀਪੂ ਕਹਿੰਦੇ ਮਾਰਗ ਮਾਲ ਕ੍ਰਿਕਟ ਦੇ ਗਰਾਊਂਡਾਂ ਦੇ ਕਹਿੰਦੇ ਪਹਿਲ ਕੰਮ ਜਾਇਆ ਵੀਰ ਸਾਡੇ ਨੇ ਨਾਲ ਗੈਪੀ ਸਾਡਾ ਵੀਰ ਪੜ੍ਹ ਲਾ ਉਰੇ ਯਾਰ ਚਾਰਜ ਲੱਗਿਆ ਮਾੜਾ ਉੱਠ ਕੇ ਪੜ੍ਹ ਲਾ ਸੋਨੀ ਲਿਖਣਾ ਤੇ ਸੌਖਾ ਤੇ ਇੱਧਰ ਹੀ ਪਤਾ ਲੱਗਦਾ ਕਿ ਹਿਸਾਬ ਕਿਤਾਬ ਕੀ ਹੈ
ਲਓ ਸਾਹਮਣੇ ਕਹਿੰਦੇ ਮੁਕਾਬਲੇ ਚੋਟੀ ਰਿਹਾ ਮੇਰੇ ਮਿੱਤਰ ਤੇ ਕਹਾਣੀ ਕਹਿੰਦੇ ਟਿਕਾਣੇ ਜਿਹੜੀ ਲੱਗੀ ਹੋਈ ਆ ਉਹ ਕਹਿੰਦੇ ਗੱਲਾਂ ਬਾਤਾਂ ਟਿਕਾਣੇ ਲੱਗ ਜਾਣੀਆਂ ਜਿਹੜੇ ਵੱਡੇ ਮੇਲੇ ਦੀਆਂ ਲਾ ਲਈ ਚੋਗੜਾ ਤੋਂ ਰਿਸ਼ਕਾਰਨੋ ਵੀ ਕੈਨੇਡਾ ਤੋਂ ਲਾਲ ਜਿਹੜੇ ਬੈਠੇ ਆ ਰਿਸ਼ਕਾਰਨ ਵੀ ਕਹਿੰਦੇ ਆ ਉਪਰੰਤ ਦੇ ਵਿੱਚ ਜਾ ਵਸੋ ਕੈਨੇਡਾ ਦੀ ਧਰਤੀ ਦੇ ਭੁਲੇਖੇ ਪੈਂਦੇ ਹੈ ਸਾਹਮਣੇ ਬੱਲੇ 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 ਸੋਹਣਿਆ ਸੱਪ ਦਾ ਸੱਪ ਲੜੇ ਸਿਆਣੇ ਕਹਿੰਦੇ ਦੋ ਕਿਹਨੂੰ ਚੜੇ ਆਓ ਤੇ ਹੁਣ ਕਿਹਨੂੰ ਚੜੂਗੀ ਕਮਾਲ ਹੋਈ ਜਾਂਦੀ ਆ ਦੁਨੀਆ ਤਿਆਰ ਹੋਈ ਜਾਂਦੀ ਆ ਤੇ ਸ਼ਰੇਸ਼ ਪਾਲ ਮਾਰ ਕੇ ਐਕਸ਼ਨ ਕਰੇ ਤੇ ਰੁਪਇਆ 1100 ਦੇ ਰਹਿ ਗਿਆ ਕਹਿੰਦੇ 1100 ਰੁਪਇਆ 1100 ਦੇਵੀ ਰਾਮ ਕੋਟ ਵਾਲਿਆ ਐਕਸ਼ਨ ਕਰਨੇ ਪੈਣੇ ਆ ਭਾਵੇਂ ਛੋਟੂ ਕਰਦੇ ਭਾਵੇਂ ਸ਼ੇਰੂ ਕਰਦੇ ਐਕਸ਼ਨ ਰੁਪਇਆ 1100 ਦੇਣਾ ਵੀਰ ਕਹਿੰਦੇ ਨੰਬਰਾਂ ਨੇ ਭਾਈ ਨੰਬਰ ਦੇ ਜੋਤੀ ਦੱਸ ਕਹਿੰਦੇ ਕਿੰਨੇ ਆ 13 ਤੇ 6 13 ਤੇ 6 ਹਲੇ ਤੇ ਬਹੁਤ ਕੁਝ ਬਾਕੀ ਆ ਜੇ ਕਿਤੇ 13-13 ਹੋ ਗਏ ਤੇ ਆਪਾਂ ਨੂੰ ਵੀ ਆਪਾਂ ਤੇ ਕੁੱਲੇ ਹੀ ਲੁੱਟਣੇ ਆ ਲਓ ਸਾਹਮਣੇ ਕਿਹੜੀ ਯਤਰੀ ਅਰਸਾ ਮਰਦਾ ਹੋਣੀ ਆਓ ਜੀ ਨੰਦਗੜ੍ਹ ਤੇ ਮਰਦਾ ਹੋਣੀ ਸਮਿਤ ਦੀਆਂ ਟੀਮਾਂ ਜੀ ਨੰਦਗੜ੍ਹ ਤੇ ਮਰਦਾ ਹੋਣੀ ਸਮਿਤ ਦੀਆਂ ਟੀਮਾਂ ਆਓ ਜੀ 1 ਨੰਬਰ ਗਰਾਊਂਡ ਦੇ ਨੇੜੇ ਬਹੁਤ ਸੋਹਣਾ ਮੈਚ ਖੇਡਿਆ ਜਾਣਾ ਜਲਦੀ ਦੇ ਨਾਲ ਟੀਮਾਂ ਦੇ ਖਿਡਾਰੀ ਆਓ ਜੀ ਮਰਦਾ ਹੋਣੀ ਅਗਰੇਜ਼ ਦੀ ਟੀਮ ਜਿੱਤੂ ਰਹੀ ਹੈ ਲਵੀ ਬੁੱਟੇ ਫਿਰ ਤਾਈਆਂ ਕਰ ਦੋ ਸੋਹਣੀ ਵੀਰ ਯੋ ਹੁਕਮ ਨੰਬਰਦਾਰ ਜੀ ਸੁਣਾ ਠੀਕ ਹੈ ਜੀ ਫਿਰ ਪਾਲਣਾ ਕਰਦੇ ਜੀ ਗੰਦੇ ਓਕੇ ਜੀ ਬਈ ਆਓ ਲਵੀ ਨੰਬਰਦਾਰ ਮਾਰੀ ਬਾਜ ਨੰਦਗੜ੍ਹ ਤੇ ਮਰਦਾ ਜੀ ਸਮਿਤ ਨੂੰ ਲਵੀ ਆਓ ਜੀ ਨੰਦਗੜ੍ਹ ਤੇ ਮਰਦਾ ਜੀ ਸਮਿਤ ਦੀਆਂ ਟੀਮਾਂ ਆਓ ਮੇਰਾ ਵੀਰ ਜਲਦੀ ਦੇ ਨਾਲ ਲਾਵੀ ਰਿੱਕੀ ਵੀ ਆਹ ਕਿਰਪਾਲੇ ਲਈ ਵੀ ਸਾਡਾ ਪਰ ਲਾਵੀ ਰਿੱਕੀ ਜੋ ਪਰਮਾਤਮਾ ਦਾ ਭਾਣਾ ਦੱਸੋ ਵੀਰ ਮੰਨਣਾ ਪੈਣਾ ਥੋੜੇ ਦਿਨ ਪਹਿਲਾਂ
ਤੇ ਪਾਲੇ ਲਈ ਰਿੱਕੀ ਦੇ ਫਾਦਰ ਸਾਹਿਬ ਇਸ ਦੁਨੀਆਂ ਨੂੰ ਅਲਗ ਰੱਖਿਆ ਗਿਆ। ਜੋ ਇਨਸਾਨ ਇੱਕ ਵਾਰੀ ਆਉਂਦਾ ਤੈਨੂੰ ਜਾਣਾ ਪੈਂਦਾ, ਪਰ ਸਾਰਾ ਵਾਲੀਬਾਲ ਪਰਿਵਾਰ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਦਾ ਵੀਰ ਸਾਡੇ ਨਾਲ, ਕਿਉਂਕਿ ਇਹ ਇਕੱਲੇ ਇਕੱਲੇ ਵੀਰ ਦੇ ਨਾਲ ਖੜਦਾ। ਮੈਂ ਵੀ ਸੁਖਦੀਪ ਹੋਣਾ ਬਾਈ ਬਲਵਿੰਦਰ ਗੱਭੜੂ ਦਾ ਪਿਆਰ ਸੀਗਾ, ਤੇ ਤਾਂ ਕਰਕੇ ਅੱਜ ਰਿੱਕੀ ਨੂੰ ਆਉਣਾ ਪਿਆ ਪਿਆਰ ਕਰਕੇ ਭਰਾਵਾਂ ਦੇ। ਤੇ ਬਹੁਤ ਵੱਡਾ ਧੰਨਵਾਦ ਹੈ ਕਿਰਪਾਲੇ ਲਈ ਰਿੱਕੀ ਸਾਡੇ ਜੀ ਦਾ ਰਹਿੰਦਾ ਪੁਰਤਗਾਲ ਦੀ ਧਰਤੀ ਤੇ। ਆਓ ਹਲੇ ਤੇ ਮੈਨੂੰ ਲੱਗਦਾ ਹਲੇ ਤੇ ਮੈਨੂੰ ਲੱਗਦਾ ਢਾਬਾ ਰਿਹਾ ਲੋਕ ਰੌਲਾ ਉਦਾਂ ਹੀ ਪਾਉਣਾ ਜਦੋਂ ਤੂੰ ਬਾਲ ਮਾਰਨਾ। ਹਾਂਜੀ ਰੌਣ ਖਾਲੀ ਹੈ ਸੁਣੇ ਵੀਰ, ਮਾਰੀਏ ਬਾਲਟੀ ਮਾਰੀ ਰਹੇ ਸੱਦੋ ਵਾਲੀ ਆ ਜਾ ਆਪਾਂ ਤਾਗੀਆਂ ਕੱਢ ਦਈਏ ਜੀ। ਇਹ ਕਮੇਟੀ ਵਾਲਾ ਵੀਰ ਆਓ ਜੀ, ਆਓ ਜੀ ਇੱਥੇ ਆਉਣਾ ਪੈਣਾ ਸਰ, ਆ ਜੇ ਥੋੜਾ ਤੁਰਿਆ ਫਿਰਿਆ ਕਰ। ਲੈ ਵੀ ਕਿੰਨੇ ਕਿੰਨੇ ਹੋ ਗਏ ਬਾਈ, 9-14 ਹੋ ਗਏ, ਤੇ ਜਿਹੜੇ ਜਿਹੜੇ ਕਹਿੰਦੇ ਵੀ ਹੋਣਗੇ 14-14 ਤੇ ਤਾਰੀ ਫਿਰ ਉਹ ਮਾਰਦੇ ਮੇਰੇ ਵੀਰ, ਹਲੇ ਤੇ ਬਹੁਤ ਕੁਝ ਬਾਕੀ ਆ। ਪਾਕਿਸਤਾਨ ਇਹ ਪਾਕਿਸਤਾਨ ਦੇ ਵਾਟਰ ਕੋਲ ਆਇਆ ਪੰਜਾਬ ਵਾਲਾ ਵਾ ਸੁਧੀਰ, ਪਾਪਾ ਲੱਭ ਲਿਆ ਮੈਨੂੰ ਲੱਗਦਾ ਵਿਕਾਸ, ਪਾਪਾ ਲੱਭ ਲਿਆ ਕੋਈ ਪਾਪੇ ਕਹਿ ਰਹੇ ਨੇ ਫਿਰ ਵੀ ਗਿੱਲ ਕਨੇਡਾ ਕਰਮ ਬਾਰੇ ਕਹਿੰਦੀ ਟੀਮ ਖੇਡ ਰਹੀ ਆ ਜੱਸਾ ਮਾਰਦਾ ਹੈ ਜਿਹੜੀ ਨੰਬਰਦਾਰ ਇੱਕ ਵੇਟੀ ਦੇਦੀ ਬਾਈ ਟਾਈਆਂ ਕੱਢ ਰਹੀ ਆ ਜੋ ਹੋ ਗਏ ਤਿੰਨ ਟੀਮਾਂ ਜੇਤੂ ਆ ਗਈ ਆਪਣੇ ਕੋਲੇ। ਸੁਣੋ ਜਰਾ ਇੱਕ ਵੀਰੇ ਧੌਣ ਮਾਇਰਾ ਹਿੰਮਤਾਣਾ ਤੇ ਮਰਦਾ ਹੈ ਜੀ ਅਵਰੋਜ ਜੀ, ਇੱਕ 2 ਤੇ 3 ਨੰਬਰ ਦੀ ਜੇਤੂ ਪਰਚੀ ਪਾਰੀ, 2 ਜਿਹੜੇ ਕੁਆਟਰ ਹੋਣਗੇ ਤੇ 2 ਟੀਮਾਂ ਜਿਹੜੀਆਂ ਸੈਮੀ ਜਾਣਗੀਆਂ ਜੀ, ਜਿਹੜੀਆਂ ਬਾਅਦ ਚ ਟੀਮਾਂ ਰਹਿ ਨੰਬਰ ਬਾਲੀਵਾਲਾ ਸੈਮੀ ਜਾਣਗੀਆਂ ਜੀ, ਪਹਿਲਾਂ ਬੰਨ ਕੇ ਸੁਣਦੇ ਜੀ। ਇਹ ਕੋਈ ਵੀਰ ਤਾਈਆਂ ਦੇਖਣੀਆਂ ਚਾਹੁੰਦਾ ਹੈ ਆ ਕੇ ਤਾਈਆਂ ਦੇਖ ਸਕਦਾ ਜੀ, ਇੱਧਰ ਸਾਊਂਡ ਵਾਲੀ ਸਾਈਡ ਆ ਕੇ ਬਾਅਦ ਚ ਕੋਈ ਵੀਰ ਇਤਰਾਜ ਨਾ ਕਰੋ। ਮਰਦਾ ਐਡੀ ਸਮਿਤ ਦੀ ਟੀਮ ਆ ਗਈ ਹੈ, ਨੰਦਗੜ੍ਹ ਦੀ ਟੀਮ ਦੇ ਰਹਿੰਦੇ ਖਿਡਾਰੀ ਦੱਸੇ, ਆਓ ਸੋਨੋ ਜਲਦੀ ਦੇ ਨਾਲ ਨੰਦਗੜ੍ਹ ਵਾਲੇ ਮੁੰਡੇ ਵੀਚਾ ਮੁਹੰਮਦਗੜ੍ਹ ਜੀ ਇਹਨਾਂ ਨੂੰ ਦੇਖਦੇ ਮੈਚ ਲਾ ਦੇਣਗੇ। ਸੀਨੀਅਰ ਖਿਡਾਰੀ ਹੈ ਸਾਡੇ, ਬਹੁਤ ਵੱਡਾ ਸਹਿਯੋਗ ਦੇਖਦੇ ਮੇਰੀ ਨੰਦਗੜ੍ਹ ਵਾਲੇ ਮੁੰਡੇ, ਟੀਮਾਂ ਦੋਨੋਂ ਆ ਗਈਆਂ। ਵੀਚਾ ਬਾਈ ਮੈਚ ਲਾ ਦਈਏ ਆਪਾਂ, ਬਾਈ ਟਾਈਮਾਂ ਕੱਢ ਰਹੇ ਹਾਂ ਜੀ, ਧੌਣ ਮਾਇਰਾ ਹਿੰਮਤਾਣਾ। ਲੈ ਵੀ ਥੋੜੇ ਕਹਿੰਦੇ ਡਿੱਗੀ, ਥੋੜੇ ਕਹਿੰਦੇ ਡਿੱਗੀ ਨੀ ਬਾਈ ਦੀ ਰੈਫਰੀ ਜੋ ਕਹਿ ਦੂਗਾ ਉਹ ਮੰਨਿਆ ਜਾਊ ਮੇਰਾ ਵੀਰ। ਲੈ ਵੀ ਨੰਬਰ 1 ਮਿੰਟ ਦੇ ਦੀ ਟਾਈਆਂ ਕੱਢ ਦਈਏ, ਸੁਣ ਦੱਸਦਿਆਂ ਠੀਕ ਹੈ ਜੀ, ਠੀਕ ਹੈ ਕਰੋ ਸ਼ੁਰੂ। ਸਕੋਰ ਕਿੰਨੇ ਹੋ ਗਏ? 14-10 ਜੀ, 14-10 ਵੀਰੇ। ਮਾੜਾ ਮਾੜਾ ਕੋਈ ਨੀ
ਹੈਲੋ ਮੈਨੂੰ ਲੱਗਦਾ ਵੀ 15-10 ਹੋ ਗਏ ਸੋਹਣੇ ਵੀਰ 15-10 ਲੈ ਵੀ ਜਿਹੜੇ ਜਿਹੜੇ ਕਹਿੰਦੇ ਸਰਵਿਸ ਚੇਂਜ ਦਊਗੀ ਤਾਰੀ ਮਾਰ ਕੇ ਦੱਸੋ ਫਿਰ ਲੋਕੀ ਦੇ ਨਜ਼ਾਰੇ ਲੈਣ ਆਇਆ ਆਓ ਪਰ ਪੰਜਾਬ ਵਾਲਾ ਥੋੜਾ ਗੁੱਸਾ ਕਰ ਗਿਆ ਤੇ 16ਵਾਂ ਨੰਬਰ ਜੁੜ ਗਿਆ ਜਿੱਥੇ ਇੰਨੇ ਡੋਰੇ ਪੰਜਾਬ ਵਾਲਿਆ ਤੇ ਚੋਰ ਹੋਰ ਵੀ ਜਾਣੇ ਆ ਆਈਆਂ ਕਰਤੀ ਹੈ ਜੀ ਜਿਹੜਾ ਪਹਿਲਾ ਕੁਆਟਰ ਹੋਣਾ ਭਾਲ ਮਾਇਰੇ ਦਾ ਇਹਦੀ ਟੀਮ ਇੱਕ ਨੰਬਰ ਤੇ ਜਿੱਤਦੀ ਜਿਹੜਾ ਨੰਦਗੜ ਦਾ ਮੈਚ ਹੋਣਾ ਮਰਦਾ ਜਿਹੜੀ ਸਮਿਤ ਦੇ ਨਾਲ ਇਹਦੀ ਜੇਤੂ ਪਹਿਲਾ ਕੁਆਟਰ ਖੇਡੂ ਭਾਲ ਮਾਇਰੇ ਦੇ ਨਾਲ ਜਿਹੜੀ 2 ਤੋਂ ਜਿੱਤਗੀ ਤੇ ਜਿਹੜੀ 3 ਤੋਂ ਜਿੱਤਗੀ ਰਾਮਪਾਲ ਉਹ ਟੀਮਾਂ ਖੇਡਣਗੀਆਂ 2 ਤੇ 3 ਦੀ ਜੇਤੂ ਹਿੰਮਤ ਵਾਲੇ ਦੀ ਟੀਮ ਸੈਮੀ ਚ ਪੁੱਜ ਗਈ ਹੈ ਕੁਰਸੀ ਦੇ ਦੋ ਕਿਰਪਾ ਕਰਕੇ ਬੇਨਤੀ ਹੈ ਦੇ ਦੋ ਭਰਾ ਨੂੰ ਕੁਰਸੀ ਰਵੀ ਦਾ ਮੈਚ ਹੋਣਾ ਵੀਰੇ ਇਹਨਾਂ ਦੀ ਜੇਤੂ ਨਾਲ ਲਓ ਸਾਹਮਣੇ ਕਹਿੰਦੇ ਕਮਾਲ ਹੋਈ ਜਾਂਦਾ ਤੇ 17 ਹੋ ਗਏ ਭਾਈ ਮੇਰੇ ਦਾ ਨੰਬਰ 17ਵਾਂ ਵੀ ਜੋੜ ਗਏ ਜੋੜ ਉਹਨਾਂ ਨੇ 18ਵਾਂ ਵੀ ਜਾਣਾ ਕਿਉਂਕਿ ਹੁਣ ਦੇ ਧੱਕੇ ਵਾਲੀ ਗਲੀ ਤੁਰੇ ਆਉਂਦੇ ਆ ਹਰ ਨੰਬਰ ਕਹਿੰਦੇ 18ਵਾਂ ਪੱਲੇ 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 ਹਾਏ ਕਾਠੀ ਦੇ ਪਰਮ ਦੋ ਜਣੇ ਕਹਿੰਦੇ ਕਰ ਲਏ ਮੁੰਡਿਆਂ ਨੇ ਕੀ ਕਹਿ ਜੀ ਮੈਚ ਕਿਉਂ ਨੀ ਚੱਲਦਾ ਕੀ ਕਾਰਨ ਹੈ 13 ਨੰਬਰ ਕਰਦੇ ਜੀ ਇਹ ਟੀਮਾਂ ਦੇ ਇਹ ਟੀਮਾਂ ਸਮਾਂ ਖਰਾਬ ਕਰਦੀਆਂ 13 ਨੰਬਰ ਕਰਦੇ ਫਿਰ ਟੀਮਾਂ ਦੇ ਇਹਨਾਂ ਸਾਰੇ ਪੜ੍ਹੇ ਲਿਖੇ ਸਮਝਦਾਰ ਹੈ ਛੇਤੀ ਵੀ ਬਣ ਕੇ ਜਲਦੀ ਅਰਸ਼ਗਿੱਲ ਮੁਲਤਾਨੀ ਆ ਸਾਡਾ ਵੀਰ ਉਹ ਕਹਿੰਦਾ ਜੇ ਸੁਧੀਰ ਆ ਮੈਂ ਜਿੱਤੇ ਤੇ ਆਪਾਂ 6 ਫੁੱਟ ਦੇ ਕਾਪਰਾ ਵੱਡਾ ਮਾਨ ਕਰ ਦਿਆਂਗੇ ਆਓ ਸਾਹਮਣੇ ਕਹਿੰਦੇ ਕਮਾਲ ਹੋ ਗਈ ਮੇਰੇ ਵੀਰੋ ਦੁਨੀਆ ਬਿਆਰ ਹੈ 10 ਤੇ 17 ਦੀ ਟੱਕਰ ਪੰਜਾਬ ਵਾਲਾ ਉੱਤਿਆ ਫਿਰਦਾ ਮੈਨੂੰ ਲੱਗਦਾ ਵੀ ਨੰਬਰ 2 ਤੋਂ ਫਿਰਦਾ ਮੁੰਡਾ ਖੇਡੇ ਮੈਦਾਨ ਦੇ ਵਿੱਚ ਆਓ ਮੇਰੇ ਮਿੱਤਰੋ ਕਹਿੰਦੇ ਗੱਲਾਂ ਹੋਣਗੀਆਂ ਏ ਪੱਲੇ 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 ਐਸਡੀ ਸਟੋਰ ਵਾਲੇ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਬੁੱਢੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਵੀ ਜਿਹੜੀ 2 ਤੇ ਦਿੱਤੂ ਉਹ ਕਿਹਦੇ ਨਾਲ ਖੇਡੂ ਅੱਗੇ 3 ਦੀ ਜੇਤੂ ਨਾ ਬੁੱਢੇ 3 ਜੀ ਵਾਹ ਜੀ ਵਾਹ ਲੈ ਵੀ ਵੀਰੇ ਜਿਹੜਾ ਇਧਰੋਂ ਦਿੱਤ ਗਿਆ 2 ਨੰਬਰ ਗਰਾਊਂਡ ਚੋਂ ਉਹ ਖੇਡੂਗਾ ਵੀਰੇ ਜਿਹੜਾ ਮੈਚ 3 ਨੰਬਰ ਗਰਾਊਂਡ ਚ ਚੱਲਦਾ ਬਹਾਦਰਗੜੀਏ ਰਵੀ ਤੇ ਖੇੜੀ ਵਾਲੇ ਮੁੰਡਿਆਂ ਨੇ ਜਿੱਤ ਗਿਆ ਖੇਡੂ ਜਿਹੜਾ ਇਧਰੋਂ ਸ਼ੇਰੂ ਤੇ ਬਾਰੇ ਕਿਹੜੀ ਟੀਮ ਤੋਂ ਜਿੱਤ ਗਿਆ ਉਧਰ ਸਾਡੇ ਲੰਗਰ ਕਮੇਟੀ ਵਾਲੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਤੜਕੇ ਤੋਂ ਲੈ ਕੇ
ਲੰਗਰ ਦੇ ਪ੍ਰਬੰਧ ਬਹੁਤ ਤੌਰ ਤੇ ਕੀਤੇ ਹੈ। ਨਹੀਂ ਤੇ ਕਮੇਟੀ ਵਾਲੇ ਨਾਮ ਬਹੁਤ ਰੱਖ ਦਿੰਦੇ ਹੈ ਪਰ ਲੰਗਰ ਨਹੀਂ ਮਿਲਦਾ। ਤੇ ਅੱਜ ਭੈੜੀ ਗੱਲਾਂ ਦੀ ਮੈਂ ਮੁਬਾਰਕ ਰੱਖ ਦਿੰਦਾ। ਹੁਣ ਵੀ ਬਾਬੇ ਨਾਨਕ ਦੀ ਕਿਰਪਾ ਤੇ ਲੰਗਰ ਖੁੱਲਾ ਚੱਲ ਰਿਹਾ। ਹਰਮਨ ਹੈ ਸਾਡਾ ਵੀਰ, ਨਾਲ ਅੰਮ੍ਰਿਤ ਹੈ, ਨਾਲ ਕਹਿੰਦੇ ਰੋਜੀ ਹੈ ਸਾਡਾ, ਨਾਲ ਨਿਕਲ ਤੇ ਸਨੀ। ਇਹਨਾਂ ਵੀਰਾਂ ਦੀ ਬਹੁਤ ਵੱਡੀ ਸੇਵਾ ਲੰਗਰ ਦੇ ਵਿੱਚ ਕਹਿੰਦੇ ਭਾਗਾਂ ਵਾਲੇ ਹੈ ਤੇ ਵਾਹਿਗੁਰੂ ਇਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ੇ। ਬਹੁਤ ਸੋਹਣੇ ਮੁਕਾਬਲੇ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ। ਟੱਕਰ ਬੜੀ ਜਾਨਦਾਰ ਹੈ, ਲਾਵੀ ਭਾਈ ਕਿੰਨੀ ਸੰਗਤ ਬੈਠੀ ਹੈ, ਜਿਹੜੇ ਜਿਹੜੇ ਵੀਰ ਲੰਗਰ ਛੱਕ ਕੇ ਆਏ ਨੇ ਤੇ ਜੇ ਲੰਗਰ ਦਾ ਪ੍ਰਬੰਧ ਵਧੀਆ ਲੱਗਿਆ ਕਹਿਣ ਦੀ ਤੇ ਲੋੜ ਹੀ ਨੀ ਮੇਰਾ ਵੀਰ। ਵਾਹ ਦੀ ਵਾਹ, ਤੁਹਾਡੀ ਤੇ ਆਪਣੇ ਆਪ ਹੀ ਵੱਜ ਗਈ ਗੁੱਟੇ, ਕਹਿਣ ਦੀ ਤੇ ਲੋੜ ਹੀ ਨੀ ਪਈ ਸੋਹਣੇ ਵੀਰ। ਤਾੜੀ ਵੱਜਣੀ ਵੀ ਚਾਹੀਦੀ ਹੈ, ਸਾਰਿਆਂ ਨੇ ਚਾਰ ਚਾਰ ਸੁੱਟੀਆਂ, ਚਾਰ ਚਾਰ ਗਲਾਸ ਗੋਭੀ ਦੇ ਅੰਦਰ ਗਏ ਹੈ ਤੇ ਹੁਣ ਨਾ ਤਾੜੀ ਵੱਜੀ ਤੇ ਫਿਰ ਫਾਇਦਾ ਵੀ ਕੀ, ਤਾੜੀਆਂ ਕੀ ਘਰੇ ਲੈ ਕੇ ਜਾਣੀਆਂ ਨੰਬਰਦਾਰਾ, ਤਾੜੀਆਂ ਵੱਜਣੀਆਂ ਚਾਹੀਦੀਆਂ। ਵਾਹ ਜੀ ਵਾਹ, ਆਹ ਸਵਾਦ ਹੈ, ਹੱਲੇ ਹਲਾਰੇ ਭੈਣੀ ਵਾਲੇ ਨਜ਼ਾਰੇ ਆਈ ਜਾਂਦੇ ਆ। ਲੈ ਵੀ ਸ਼ੇਰੂ ਹੋਰ ਕੁਝ ਨੀ ਤੇ ਚਾਚੇ ਨੇ ਨਜ਼ਾਰੇ ਜਹੀ ਜਾਂਦੇ ਆ। ਲੈ ਵੀ ਸ਼ੇਰੂ ਨੇ ਚਾਚੇ ਨੇ ਸਪੀਡ ਚੈੱਕ ਕਰੀ ਸੀਗੀ, ਕੋਈ ਗੱਲ ਨੀ। ਲੈ ਵੀ ਕੋਈ ਗੱਲ ਨੀ ਮੇਰਾ ਵੀਰ, ਚੋਕ ਲੱਗ ਗਈ ਕੋਈ ਚੱਕਰ ਵਾਲੀ ਗੱਲ ਨੀ, ਪੈਰੀ ਤੁਰੀ ਮਾਰ ਦੇ ਪਰ ਜੇ ਨਜ਼ਾਰਾ ਆਇਆ ਲੈਣਾ ਤੇ ਨਜ਼ਾਰਾ ਹੀ ਆ। ਗੱਲਾਂ ਕਹਿੰਦੇ ਟਕਾਣੇ ਨੇ ਜਸ਼ਤੇਸ਼ਵਰ ਆਇਆ ਹੋਇਆ ਮੇਰੇ ਵੀਰ, ਟੱਕਰ ਤੇ ਹਰਮਨ ਤੇ ਜਸ਼ਤੇਸ਼ਵਰ ਦੀ ਹੋ ਗਈ।